ਵੈਲਕਮ ਟੂ ਆਲ ਇਨ ਅਵਰ ਯੂਟਿਊਬ ਚੈਨਲ ਸਟੱਡੀ ਸਲਿਊਸ਼ਨ। ਅੱਜ ਦਾ ਆਪਣਾ ਜੋ ਟੋਪਿਕ ਹੈ ਜੀ, ਉਹ ਅਗੇਨ ਆਪਾਂ ਇੱਕ ਸੀਰੀਜ਼ ਸਟਾਰਟ ਕੀਤੀ ਹੋਈ ਹੈ ਕਿ PCS ਦੀ ਮੇਨਸ ਦੀ ਆਨਸਰ ਰਾਈਟਿੰਗਸ ਕਿਵੇਂ ਕਰਨੀਆਂ ਨੇ, ਤਾਂ ਡੇ 2 ਕੁਸ਼ਚਨ ਨੰਬਰ 2 ਡਿਸਕਸ ਕਰਾਂਗੇ। ਤੁਸੀਂ ਕੁਸ਼ਚਨ ਦੇਖ ਸਕਦੇ ਹੋ, ਐਕਚੁਲੀ ਜਿਹੜੇ ਪ੍ਰੀਵੀਅਸ ਆਪਾਂ ਕੁਛ ਕੁਸ਼ਚਨ ਡਿਸਕਸ ਕਰਾਂਗੇ ਸਟਾਰਟਿੰਗ ਦੇ ਵਿੱਚ, ਅਪਰੋਕਸੀਮੇਟਲੀ 30-35 ਕੁਸ਼ਚਨ, ਉਹ PYQ ਬੇਸਡ ਹੀ ਰਹਿਣਗੇ। ਠੀਕ ਹੈ, ਲਾਸਟ ਈਅਰ 2021 ਜੋ ਐਗਜ਼ਾਮ ਹੋਇਆ PCS ਦਾ, ਉਹਦੇ ਮੇਨਸ ਦੇ ਕੁਸ਼ਚਨਸ ਕਿਸ ਟਾਈਪ ਦੇ ਕੁਸ਼ਚਨਸ ਜਿਹੜੇ ਹੈਗੇ ਆ ਪਰਟੀਕੁਲਰਲੀ ਪੁੱਛੇ ਜਾਂਦੇ ਆ, ਅਤੇ ਤੁਸੀਂ ਉਸ ਪਰਟੀਕੁਲਰ ਕੁਸ਼ਚਨ ਦਾ ਆਂਸਰ ਜਿਹੜਾ ਹੈਗਾ ਕਿਸ ਤਰੀਕੇ ਨਾਲ ਲਿਖਣਾ। ਦੇਖੋ, ਆਂਸਰ ਰਾਈਟਿੰਗ ਲਈ ਕੁਛ ਬੇਸਿਕ ਗੱਲਾਂ ਜਿਹੜੀਆਂ ਹੈਗੀਆਂ ਕਿ ਕਿੰਨੇ ਪੇਜਿਸ ਇੱਕ ਕੁਸ਼ਚਨ ਨੂੰ ਰਾਈਟ ਕਰਨ ਲਈ ਮਿਲਦੇ ਆ, 10 ਮਾਰਕਰ ਕੁਸ਼ਚਨ ਹੈ ਤਾਂ ਕਿੰਨੇ ਪੇਜਿਸ ਹੈ, 15 ਮਾਰਕਰ ਕੁਸ਼ਚਨ ਹੈ ਤਾਂ ਕਿੰਨੇ ਪੇਜਿਸ ਹੈ। ਬੇਸਿਕਲੀ 10 ਅਤੇ 15 ਮਾਰਕਰ ਕੁਸ਼ਚਨ ਹੀ ਆਉਂਦੇ ਆ ਜੀ। ਠੀਕ ਹੈ, ਉਹ ਆਪਾਂ ਜਿਹੜਾ ਡੇ 1 ਦਾ ਕੁਸ਼ਚਨ ਸੀਗਾ ਉਹਦੇ ਵਿੱਚ ਤੁਹਾਨੂੰ ਗੁਰਪ੍ਰੀਤ ਮੈਮ ਨੇ ਡਿਟੇਲ ਦੇ ਵਿੱਚ ਦੱਸ ਦਿੱਤਾ। ਨਾਓ ਹੁਣ ਆਪਾਂ ਡੇਲੀ ਇੱਕ ਵੀਡੀਓ ਦੇ ਵਿੱਚ ਇੱਕ ਕੁਸ਼ਚਨ ਡਿਸਕਸ ਕਰਾਂਗੇ, ਅਤੇ ਬੇਸਿਕਲੀ ਉਸ ਪਰਟੀਕੁਲਰ ਕੁਸ਼ਚਨ ਨੂੰ ਫਰੇਮ ਕਰਦੇ ਹੋਏ ਤੁਸੀਂ ਕਿਹੜੀਆਂ ਥਿੰਗਸ ਦਾ ਧਿਆਨ ਰੱਖੋਗੇ। ਠੀਕ ਹੈ, ਅਤੇ ਬੇਸਿਕਲੀ ਉਸ ਕੁਸ਼ਚਨ ਨੂੰ ਜਦੋਂ ਆਪਾਂ ਰਾਈਟ ਡਾਊਨ ਕਰਾਂਗੇ ਤਾਂ ਤੁਹਾਡੀ ਲੈਂਗੁਏਜ ਆਫ ਕੁਸ਼ਚਨ ਕੀ ਹੋਣਾ ਚਾਹੀਦਾ, ਫਲੋ, ਟਾਈਮਿੰਗ ਪ੍ਰੋਪਰ ਜਦੋਂ ਆਪਾਂ ਗੱਲ ਕਰਾਂਗੇ ਤਾਂ ਨਾਲ ਨਾਲ ਹਰ ਇੱਕ ਕੁਸ਼ਚਨ ਦੇ ਵਿੱਚ ਤੁਹਾਨੂੰ ਰਿਪੀਟ ਕੀਤੀ ਜਾਊਗੀ ਉਹ ਚੀਜ਼। ਇਹ ਨਹੀਂ ਹੈ ਕਿ ਇਕੱਲਾ ਕੁਸ਼ਚਨ ਰੀਡ ਕਰ ਲਿਆ, ਮੈਂ ਤੁਹਾਨੂੰ ਆ ਕੇ ਸਿਰਫ ਇੱਥੇ ਉਰੇ ਕੰਟੈਂਟ ਦਿਖਾਤਾ, ਉਹ ਚੀਜ਼ ਇੱਥੇ ਨਹੀਂ ਹੋਏਗੀ। ਠੀਕ ਹੈ, ਹਰ ਇੱਕ ਕੁਸ਼ਚਨ ਦੇ ਵਿੱਚ ਤੁਹਾਨੂੰ ਕੁਸ਼ਚਨ ਦੀ ਰਿਕੁਆਇਰਮੈਂਟ ਕੀ ਹੁੰਦੀ ਹੈ ਉਸ ਚੀਜ਼ ਦੇ ਬਾਰੇ ਡਿਸਕਸ ਕੀਤਾ ਜਾਏਗਾ। ਠੀਕ ਹੈ ਜੀ, ਕਲੀਅਰ, ਹੋਪ ਸੋ ਕੁਸ਼ਚਨ ਜਿਹੜਾ ਹੈਗਾ ਜੀ ਤੁਹਾਨੂੰ ਵਿਜੀਬਲ ਹੋਏਗਾ। ਸੋ ਸਟਾਰਟ ਕਰਦੇ ਹਾਂ ਜੀ। ਵਟ ਇਜ਼ ਈਕੋ ਟੂਰਿਜ਼ਮ, ਵਟ ਵੁੱਡ ਬੀ ਯੂਅਰ ਪਲੈਨ ਐਜ਼ ਅ ਡਾਇਰੈਕਟਰ ਟੂਰਿਜ਼ਮ ਟੂ ਡਿਵੈਲਪ ਪੰਜਾਬ ਐਜ਼ ਈਕੋ ਟੂਰਿਜ਼ਮ ਹੱਬ। ਦੇਖੋ, ਬੇਸਿਕਲੀ ਜਿਹੜਾ ਹੈਗਾ ਜੀ, ਇਹ ਕੇਸ ਸਟੱਡੀਜ਼ ਵਾਲਾ ਪਾਰਟ ਆ ਜਾਂਦਾ। ਐਥਿਕਸ ਦਾ ਪੇਪਰ ਨੰਬਰ 4 UPSC ਦੇ ਵਿੱਚ ਚੱਲਦਾ, ਲੇਕਿਨ ਜਦੋਂ ਆਪਾਂ ਪੰਜਾਬ PCS ਦੀ ਗੱਲ ਕਰਦੇ ਹਾਂ ਤਾਂ ਪੇਪਰ 4 ਦੇ ਵਿੱਚ ਕੁਛ ਕੇਸ ਸਟੱਡੀਜ਼ ਹੁੰਦੀਆਂ ਨੇ। ਠੀਕ ਹੈ, ਤਾਂ ਉਹਦੇ ਵਿੱਚ ਤੁਹਾਨੂੰ ਕੋਈ ਪੈਰਾਗ੍ਰਾਫ ਵਗੈਰਾ ਨਹੀਂ ਦਿੱਤਾ ਜਾਂਦਾ ਜਿਸ ਨੂੰ ਰੀਡ ਕਰਕੇ ਤੁਸੀਂ ਆਨਸਰਸ ਕਰਨਾ। ਨੋ, ਕੇਸ ਸਟੱਡੀ ਦੇ ਵਿੱਚ ਤੁਹਾਨੂੰ ਪ੍ਰੋਪਰ ਦੇਖੋ ਇੱਕ 1 ਲਾਈਨਰ ਕੁਸ਼ਚਨ ਹੈ, ਅਤੇ ਉਹਦੇ ਵਿੱਚ ਤੁਹਾਨੂੰ ਬੇਸਿਕਲੀ ਕਹਿ ਕੀ ਰਿਹਾ ਕਿ ਤੁਹਾਨੂੰ ਇੱਕ ਡਿਪਾਰਟਮੈਂਟ ਦਾ ਡਾਇਰੈਕਟਰ ਬਣਾਤਾ, ਤਾਂ ਤੁਸੀਂ ਇਹ ਮੰਨ ਕੇ ਚੱਲੋ ਕਿ ਇਨ ਫਿਊਚਰ ਵੀ ਜ਼ਰੂਰੀ ਨਹੀਂ ਹੈ ਕਿ ਇੱਕੋ ਟੂਰਿਜ਼ਮ ਨੂੰ ਲੈ ਕੇ ਕੁਸ਼ਚਨ ਆਏਗਾ ਡਾਇਰੈਕਟਰ ਟੂਰਿਜ਼ਮ। ਦੈਟ ਮੀਨਸ ਜਦੋਂ ਕੋਈ ਬੰਦਾ ਸਿਵਲ ਸਰਵਿਸਿਜ਼ ਦੇ ਵਿੱਚ ਬਹੁਤ ਹੀ ਬੇਸਿਕ ਰੈਂਕ ਦੇ ਉੱਤੇ ਆ ਰਿਹਾ ਤਾਂ ਉਸ ਤੋਂ ਬਾਅਦ ਪ੍ਰਮੋਸ਼ਨਸ ਹੋ ਰਹੀਆਂ, ਤਾਂ ਤਦ ਜਾ ਕੇ ਕਿਸੇ ਡਿਪਾਰਟਮੈਂਟ ਦਾ ਮੰਨ ਲਓ ਡਾਇਰੈਕਟਰ ਬਣ ਰਿਹਾ, ਤਾਂ ਤੁਹਾਡੀ ਸਟਾਰਟਿੰਗ ਉੱਥੋਂ ਵੀ ਹੋ ਸਕਦੀ ਹੈ ਕਿ ਤੁਸੀਂ ਪੇਪਰਸ ਦੇ ਵਿੱਚ ਤੁਹਾਨੂੰ ਡਾਇਰੈਕਟਲੀ ਉਹ ਪੋਜੀਸ਼ਨ ਦੇ ਦਿੱਤੀ, ਤਾਂ ਤੁਹਾਡਾ ਮਾਇੰਡ ਜਿਹੜਾ ਹੈਗਾ ਤੁਹਾਡਾ ਲੈਵਲ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਆਫਿਸਰਸ ਬਣਨ ਲਈ ਜਿਹੜੇ ਹੈਗੇ ਹੋ ਕਿ ਏਬਲ ਹੈ ਵੀ ਕਿਉਂਕਿ ਨਹੀਂ, ਮਤਲਬ ਕਿ ਤੁਹਾਡੀ ਸਟਾਰਟਿੰਗ ਜਿਹੜੀ ਹੈਗੀ ਮੇਨਸ ਦੇ ਵਿੱਚੋਂ ਹੀ ਸਟਾਰਟ ਹੋਊਗੀ। ਸੋ ਦੇਖੋ, ਇਸ ਕੁਸ਼ਚਨ ਦੇ ਵਿੱਚ ਪਰਟੀਕੁਲਰ ਕੀ ਹੈ ਕਿ ਵਟ ਇਜ਼ ਈਕੋ ਟੂਰਿਜ਼ਮ। ਅਗਰ ਤੁਸੀਂ ਈਕੋ ਟੂਰਿਜ਼ਮ ਬਾਰੇ ਲਿਖਣਾ, ਫਸਟ ਪਹਿਲਾਂ ਤਾਂ ਆਪਾਂ ਦੇਖ ਲੈਣਾ ਕਿ ਦੇਖੋ 200 ਵਰਡ ਦਾ ਹੋਏਗਾ। ਠੀਕ ਹੈ, ਐਂਡ 15 ਮਾਰਕਰ, 2 ਪੇਜਿਸ। ਇਸ ਦੇ ਵਿੱਚ ਤੁਹਾਡੇ ਕੋਲ ਵੈਸੇ ਤਾਂ ਕੁਸ਼ਚਨ ਦੀ ਇੰਟਰੋ ਅਤੇ ਕੰਕਲੂਜ਼ਨ ਲਈ ਸਕੋਪ ਹੈ, ਕਿਉਂਕਿ 200 ਵਰਡ ਦੇ ਵਿੱਚ ਆਪਾਂ ਨੇ ਆਂਸਰ ਨੂੰ ਲਿਖਣਾ, ਤਾਂ ਤੁਸੀਂ ਇੰਟਰੋ ਨੂੰ ਵੀ ਐਕਸਪੈਂਡ ਕਰ ਸਕਦੇ ਹੋ, ਕੰਕਲੂਜ਼ਨ ਨੂੰ ਵੀ। ਲੇਕਿਨ 10 ਮਾਰਕਰ ਕੁਸ਼ਚਨ ਦੇ ਵਿੱਚ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਇੰਟਰੋ ਅਤੇ ਕੰਕਲੂਜ਼ਨ ਜਿਹੜਾ ਹੈਗਾ ਤੁਹਾਡਾ ਮੋਰ ਦੈਨ ਜਿਹੜਾ ਹੈਗਾ 20 ਵਰਡਸ ਤੋਂ ਜ਼ਿਆਦਾ, 20 ਵਰਡਸ ਤੁਸੀਂ ਮੈਕਸ ਯੂਜ਼ ਕਰ ਸਕਦੇ ਹੋ, ਕਿਉਂਕਿ ਉਸ ਤੋਂ ਬਾਅਦ ਤੁਸੀਂ ਬੋਡੀ ਪਾਰਟ ਵੀ ਹੈਗਾ ਜਿਹੜਾ ਅਪਰੋਕਸੀਮੇਟਲੀ ਤੁਸੀਂ 60-65 ਵਰਡ ਦਾ ਲਿਖਣਾ 100 ਵਰਡ ਦੇ ਕੁਸ਼ਚਨ ਦੇ ਵਿੱਚ। ਲੇਕਿਨ ਇੱਥੇ ਆਪਣੇ ਕੋਲ ਸਕੋਪ ਸੀ, ਲੇਕਿਨ ਇੱਥੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਈਕੋ ਟੂਰਿਜ਼ਮ ਹੀ ਪੁੱਛ ਲਿਆ, ਤਾਂ ਤੁਸੀਂ ਇਸ ਈਕੋ ਟੂਰਿਜ਼ਮ ਨੂੰ ਹੀ ਡਿਫਾਈਨ ਕਰੋਗੇ। ਠੀਕ ਹੈ, ਤਾਂ ਪਲੇਨ ਲੈਂਗੁਏਜ ਦੇ ਵਿੱਚ ਪੁੱਛਿਆ ਗਿਆ, ਜ਼ਿਆਦਾ ਕੁਛ ਹੈ ਨਹੀਂ ਹੈ, ਸਿੰਪਲ ਡੈਫੀਨੇਸ਼ਨ ਹੀ ਆਏਗੀ, ਵਟ ਡੂ ਯੂ ਮੀਨ ਬਾਈ ਈਕੋ ਟੂਰਿਜ਼ਮ।
ਦੇਖੋ ਇਕੋ ਟੂਰਿਜ਼ਮ, ਇਕੋ ਮੀਨਸ ਬੇਸਿਕਲੀ ਤੁਹਾਡਾ ਐਨਵਾਇਰਮੈਂਟ ਨਾਲ ਰਿਲੇਟਡ ਗੱਲ ਚੱਲ ਰਹੀ ਹੈ ਕਿ ਜਦੋਂ ਤੁਸੀਂ ਟੂਰਿਜ਼ਮ ਦੀ ਗੱਲ ਕਰਦੇ ਹੋ ਤਾਂ ਟੂਰਿਜ਼ਮ ਐਵੇਂ ਦਾ ਹੋਣਾ ਚਾਹੀਦਾ, ਤੁਹਾਡੀਆਂ ਪੋਲਿਸੀਜ਼ ਐਵੇਂ ਦੀਆਂ ਹੋਣੀਆਂ ਚਾਹੀਦੀਆਂ ਨੇ ਟੂਰਿਜ਼ਮ ਡਿਪਾਰਟਮੈਂਟ ਨੂੰ ਲੈ ਕੇ ਕਿ ਇਨਵਾਇਰਮੈਂਟ ਦੇ ਉੱਤੇ ਉਸ ਚੀਜ਼ ਦਾ ਕੋਈ ਬੈਡ ਇੰਪੈਕਟ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਨਹੀਂ ਪੈਣਾ ਚਾਹੀਦਾ, ਕਿਉਂਕਿ ਟੂਰਿਜ਼ਮ ਜਿਹੜੀ ਹੈਗੀ ਆ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਇੰਡਸਟਰੀ ਹੈ। ਅਗਰ ਤੁਸੀਂ ਇਸ ਚੀਜ਼ ਨੂੰ ਲੈ ਕੇ ਗੱਲ ਕਰੋ ਤਾਂ ਪੰਜਾਬ ਦਾ ਇਕਨੋਮਿਕ ਸਰਵੇ ਜਿਹੜਾ ਆਪਾਂ ਪੜ੍ਹਿਆ ਸੀਗਾ ਉਸਦੇ ਰਿਗਾਰਡਿੰਗ ਕਾਫੀ ਸਾਰੀ ਡਾਟਾ, ਇੱਕ ਸਟੇਟ ਦੀ ਇਕਾਨਮੀ ਉੱਤੇ ਡਿਪੈਂਡ ਕਰਦੀ ਹੈ ਤਾਂ ਹੋਰ ਵੀ ਇੰਪੋਰਟੈਂਟ ਹੋ ਜਾਂਦਾ। ਲਾਈਕ ਅਗਰ ਤੁਸੀਂ ਹਿਮਾਚਲ ਪ੍ਰਦੇਸ਼ ਦੀ ਗੱਲ ਕਰਦੇ ਹੋ, ਉੱਤਰਾਖੰਡ ਦੀ ਗੱਲ ਕਰਦੇ ਹੋ ਤਾਂ ਟੂਰਿਜ਼ਮ ਇੰਡਸਟਰੀ ਜਿਹੜੀ ਹੈਗੀ ਹੈ ਸਰਵਿਸ ਸੈਕਟਰ ਇੱਕ ਤਰ੍ਹਾਂ ਦਾ ਹੈਗਾ ਵੈਸੇ ਤਾਂ, ਲੇਕਿਨ ਉਹਨੂੰ ਇੰਡਸਟਰੀ ਵੀ ਬੋਲ ਦਿੰਦੇ ਆ। ਤਾਂ ਡਿਪੈਂਡ ਕਰਦਾ ਕਿ ਗੌਰਮੈਂਟ ਕਿਸ ਤਰ੍ਹਾਂ ਦੇ ਪੋਲਿਸੀਸ ਬਣਾਉਣਗੀਆਂ, ਕਿਉਂਕਿ ਸਟੇਟ ਦੀ ਇਕਾਨਮੀ ਉਹਦੇ 'ਤੇ ਡਿਪੈਂਡ ਕਰਦੀ ਹੈ ਨਾ। ਤਾਂ ਬੇਸਿਕਲੀ ਟੂਰਿਜ਼ਮ ਜਿਹੜਾ ਹੈਗਾ ਪ੍ਰਮੋਟ ਕਰਨਾ, ਕਿਉਂਕਿ ਇੱਥੋਂ ਰੈਵੈਨਿਊ ਮਿਲਦਾ, ਤਾਂ ਬੇਸਿਕਲੀ ਉਹ ਇਨਵਾਇਰਮੈਂਟ ਦੇ ਨਾਲ ਕੀ ਹੋਣਾ ਚਾਹੀਦਾ, ਕੰਜ਼ਰਵੇਸ਼ਨ ਦੇ ਵਿੱਚ ਇਨਵਾਇਰਮੈਂਟ ਰਹੇ, ਉਦੋਂ ਤਾਂ ਡਾਇਰੈਕਟਲੀ ਇਨਡਾਇਰੈਕਟਲੀ ਇੰਪੈਕਟਸ ਨਾ ਪੈਣ। ਐਵੇਂ ਨਾ ਹੋਵੇ ਕਿ ਤੁਸੀਂ ਟੂਰਿਜ਼ਮ ਨੂੰ ਪ੍ਰਮੋਟ ਕਰਨ ਲਈ ਲਾਈਕ ਹਿਲੀ ਏਰੀਆ ਦੇ ਵਿੱਚ ਚਾਰ ਧਾਮ ਪ੍ਰੋਜੈਕਟ ਬਣਾ ਰਹੇ ਹੋ, ਠੀਕ ਹੈ, ਵੱਡੇ ਵੱਡੇ ਤੁਸੀਂ ਹਾਈਵੇਜ਼ ਬਣਾ ਤੇ ਫੋਰ ਲੇਨ, ਲੇਕਿਨ ਉਹਦੇ ਨਾਲ ਕੀ ਹੋਇਆ ਬਾਅਦ ਦੇ ਵਿੱਚ ਲੈਂਡਸਲਾਈਡਿੰਗ ਦੀਆਂ ਪ੍ਰੋਬਲਮਸ ਆ ਗਈਆਂ, ਠੀਕ ਹੈ, ਜਾਂ ਕੁਛ ਹੋਰ ਪ੍ਰੋਬਲਮਸ ਆ ਗਈਆਂ, ਠੀਕ ਹੈ, ਤਾਂ ਉਹ ਚੀਜ਼ ਨਹੀਂ ਹੋਣੀ ਚਾਹੀਦੀ। ਤਾਂ ਇਕੋ ਟੂਰਿਜ਼ਮ ਕੀ ਹੈ? ਇਕੋ ਟੂਰਿਜ਼ਮ ਇਜ਼ ਅ ਫਾਰਮ ਆਫ ਸਸਟੇਨੇਬਲ ਟੂਰਿਜ਼ਮ ਦੈਟ ਪ੍ਰਮੋਟਸ ਸਸਟੇਨੇਬਲ। ਵਰਡਸ ਯੂਜ਼ ਕਰੋਗੇ, ਦੇਖੋ ਆਨਸਰ ਰਾਈਟਿੰਗ ਦਾ ਕੀ ਹੁੰਦਾ ਕਿ ਜਦੋਂ ਤੁਸੀਂ ਆਨਸਰਸ ਨੂੰ ਰਾਈਟ ਕਰ ਲਓ ਤਾਂ ਐਗਜ਼ਾਮੀਨਰਸ ਕੋਲ ਇੰਨਾ ਟਾਈਮ ਨਹੀਂ ਹੈ ਕਿ ਤੁਹਾਡਾ ਵਰਡ ਟੂ ਵਰਡ ਉਹ ਰੀਡ ਕਰਨਗੇ, ਕੁਛ ਵਰਡਸ ਨੂੰ ਤੁਸੀਂ ਅੰਡਰਲਾਈਨ ਵੀ ਕਰੋਗੇ, ਠੀਕ ਹੈ। ਬਸ ਲਾਈਕ ਜਿਵੇਂ ਤੁਸੀਂ ਪਹਿਲੀ ਲਾਈਨ ਦੇ ਵਿੱਚ ਲਿਖ ਰਹੇ ਹੋ ਤਾਂ ਇਕੋ ਟੂਰਿਜ਼ਮ ਇਜ਼ ਅ ਫਾਰਮ ਆਫ ਸਸਟੇਨੇਬਲ ਟੂਰਿਜ਼ਮ। ਪ੍ਰਮੋਟਸ ਕਰਦਾ ਇਸ ਤਰ੍ਹਾਂ ਦਾ ਬਿਹੇਵੀਅਰ ਨੂੰ ਕਿ ਜਿਹੜਾ ਟਰੈਵਲਿੰਗ ਹੋਵੇ ਟੂਰਿਸਟ ਪਲੇਸਿਸ ਦੇ ਉੱਤੇ, ਉਹਦਾ ਗੋਲ ਕੀ ਹੋਣਾ ਚਾਹੀਦਾ, ਕੰਜ਼ਰਵੇਸ਼ਨ ਹੋਣੀ ਚਾਹੀਦੀ ਹੈ ਇਨਵਾਇਰਮੈਂਟ ਦੀ, ਠੀਕ ਹੈ, ਲੋਕਲ ਕਲਚਰ ਦੀ ਤੁਸੀਂ ਰਿਸਪੈਕਟ ਕਰ ਰਹੇ। ਦੈਟ ਮੀਨਸ ਲੋਕਲ ਕਲਚਰ ਦੇ ਵਿੱਚ ਕੀ ਹੁੰਦਾ ਕਿ ਦੇਖੋ ਜਦੋਂ ਕੋਈ ਵੀ ਇੱਕ ਏਰੀਆ ਦੇ ਵਿੱਚ ਕੋਈ ਕਲਚਰ ਹੈਗਾ ਤਾਂ ਬੇਸਿਕਲੀ ਉਹ ਉੱਥੋਂ ਦੇ ਇਨਵਾਇਰਮੈਂਟ ਨਾਲ, ਉੱਥੋਂ ਦੀ ਸੋਸਾਇਟੀ ਬੜੇ ਲੰਬੇ ਸਮੇਂ ਤੋਂ ਬਾਅਦ ਆਪਣੇ ਆਪ ਨੂੰ ਸਸਟੇਨੇਬਲ ਬਣਾਉਣ ਲਈ ਡਿਵੈਲਪ ਕਰਦੇ। ਫੋਰਸ ਮੈਂ ਕਿਸੇ ਏਰੀਆ ਦੇ ਵਿੱਚ ਤੁਹਾਨੂੰ ਕਹਿ ਦਾਂ ਕਿ ਉੱਥੋਂ ਦੇ ਪੀਪਲਸ ਜਿਹੜੇ ਹੈਗੇ ਆ ਉਹ ਕੀ ਕਰਦੇ ਆ, ਇੱਕ ਮੰਨ ਲਓ ਉਹਨਾਂ ਨੇ ਕੋਈ ਤੁਹਾਨੂੰ ਭੋਜਨ ਕਰਵਾਉਣਾ ਹੈ, ਠੀਕ ਹੈ, ਮੰਨ ਲਓ ਤੁਸੀਂ ਕਿਸੇ ਜਗ੍ਹਾ 'ਤੇ ਖਾਣਾ ਖਾ ਰਹੇ ਹੋ ਤਾਂ ਬੇਸਿਕਲੀ ਉਹ ਪੱਤਲ ਯੂਜ਼ ਕਰਦੇ ਆ, ਪੱਤਿਆਂ ਦੇ ਬਣੇ ਹੋਏ, ਉੱਥੇ ਡਿਸਪੋਜ਼ਲ ਅਲਾਊਡ ਨਹੀਂ ਹੈ। ਤਾਂ ਤੁਸੀਂ ਲੋਕਲ ਕਲਚਰ ਦੀ ਰਿਸਪੈਕਟ ਕਰੋਗੇ, ਠੀਕ ਹੈ, ਪੱਤਲ ਦੇ ਵਿੱਚ ਹੀ ਖਾਣਾ ਖਾਓਗੇ ਤੁਸੀਂ ਜਿੰਨੀ ਮਰਜ਼ੀ ਪਰਸਨੈਲਿਟੀ ਹੋ, ਠੀਕ ਹੈ। ਤਾਂ ਬੇਸਿਕਲੀ ਜਸਟ ਇੱਕ ਇਗਜ਼ਾਮਪਲ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਂ, ਰਿਸਪੈਕਟਿੰਗ ਲੋਕਲ ਕਲਚਰਸ, ਠੀਕ ਹੈ, ਪ੍ਰਮੋਟ ਕਰਨਾ ਵੈਲਬਿੰਗ ਆਫ ਲੋਕਲ ਕਮਿਊਨਿਟੀਜ਼। ਲਾ ਹੁਣ ਲੋਕਲ ਕਮਿਊਨਿਟੀਜ਼ ਦਾ ਵੀ ਵੈਲਬਿੰਗ ਹੋਣਾ ਚਾਹੀਦਾ, ਇਹ ਨਹੀਂ ਹੈ ਕਿ ਤੁਸੀਂ ਕਿਸੇ ਪਲੇਸ 'ਤੇ ਚਲੇ ਗਏ ਉੱਥੇ ਲਿਟਰ ਕਰ ਰਹੇ ਹੋ, ਠੀਕ ਹੈ, ਪਲਾਸਟਿਕ ਦੀ ਬੋਟਲ ਯੂਜ਼ ਕੀਤੀਆਂ, ਇੱਧਰ ਉੱਧਰ ਖਿੰਡਾਤੀਆਂ, ਬਾਅਦ ਦੇ ਵਿੱਚ ਇਹ ਹੋਵੇ ਕਿ ਲੋਕਲ ਕਮਿਊਨਿਟੀਜ਼ ਨੂੰ ਉਸ ਤੋਂ ਪ੍ਰੋਬਲਮ ਸਟਾਰਟ ਹੋ ਗਈਆਂ, ਠੀਕ ਹੈ, ਜਾਂ ਫਿਰ ਉੱਥੇ ਇਹੋ ਜਿਹਾ ਕੁਛ ਕਰ ਰਹੇ ਹੋ ਤੁਸੀਂ, ਲਾਈਕ ਜਿਵੇਂ ਸਪੋਜ਼ ਕਰੋ ਕਿ ਮਾਊਂਟ ਐਵਰੈਸਟ ਹੈ, ਪਿੱਛੇ ਜੀ ਇੱਕ ਨਿਊਜ਼ ਸੀਗੀ ਕਰੰਟ ਦੇ ਬਾਰੇ ਵੀ ਤੁਹਾਨੂੰ ਆਈਡੀਆ ਹੋਣਾ ਚਾਹੀਦਾ ਕਿ ਜਿੰਨੇ ਵੀ ਮਾਊਂਟੇਨੀਅਰਸ ਹੁੰਦੇ ਉਹਨਾਂ ਨੂੰ ਸਾਰਿਆਂ ਨੂੰ ਇਹ ਗੱਲ ਕਹਿਤੀ ਸੀ ਕਿ ਅਗਰ ਉਹ ਉੱਥੇ ਟੋਇਲਟ ਵਗੈਰਾ ਵੀ ਜਾ ਰਹੇ ਹੈ ਤਾਂ ਉਹਨਾਂ ਨੇ ਇੱਕ ਸਪੈਸੀਫਿਕ ਕੀ ਕੀਤਾ, ਐਨਵੈਲਪ ਡਿਜ਼ਾਈਨ ਕੀਤਾ, ਠੀਕ ਹੈ, ਮਤਲਬ ਕਿ ਲਿਫਾਫਾ ਤੁਸੀਂ ਕਹਿ ਸਕਦੇ ਹੋ ਕਿ ਆਪਣਾ ਜਿਹੜਾ ਲੀਟਰ ਹੋਣਗੇ ਜਿਹੜਾ ਟੋਇਲਟ ਜਾ ਰਿਹਾ ਉਹਦੇ ਵਿੱਚ ਹੀ ਪੈਕ ਕਰਕੇ ਵਾਪਸ ਲੈ ਕੇ ਆਉਣਗੇ, ਕੋਈ ਵੀ ਉੱਥੇ ਓਪਨ ਦੇ ਵਿੱਚ ਲੀਟਰ ਨਹੀਂ ਕਰੇਗਾ, ਠੀਕ ਹੈ। ਤਾਂ ਮਤਲਬ ਇਹ ਹੈ ਕਿ ਜਦੋਂ ਵੀ ਤੁਸੀਂ ਕਿਸੇ ਏਰੀਆ ਦੇ ਵਿੱਚ ਜਾ ਰਹੇ ਹੋ ਤਾਂ ਮੈਨ ਜਾਂ ਵੂਮੈਨ ਆਪਾਂ ਕਹਿ ਦਿੰਦੇ ਹਿਊਮਨ ਜੋ ਵੀ ਐਕਟੀਵਿਟੀਜ਼ ਟੂਰਿਸਟ ਪਲੇਸ ਦੇ ਉੱਤੇ ਜਾ ਕੇ ਕਰੇਗਾ ਉਹਦੇ 'ਤੇ ਬੈਡ ਇੰਪੈਕਟਸ ਨਹੀਂ ਪੈਣੇ ਚਾਹੀਦੇ, ਠੀਕ ਹੈ। ਦੇਖੋ ਇਕੱਲਾ ਇਸ ਕੁਸ਼ਚਨ ਨੂੰ ਵੀ ਡਿਸਕਸ ਨਹੀਂ ਕਰ ਰਹੇ, ਕਰੰਟ ਦੇ ਵਿੱਚ ਕੀ ਹੈ, ਟੂਰਿਜ਼ਮ ਸੈਕਟਰ ਦੇ ਵਿੱਚ ਅੱਜ ਕੱਲ੍ਹ ਕੀ ਚੱਲ ਰਿਹਾ, ਬੇਸਿਕਲੀ ਸਟੇਟਸ ਕਿਸ ਤਰ੍ਹਾਂ ਦੇ ਪੋਲਿਸੀਜ਼ ਅਪਣਾਉਂਦੇ ਨੇ, ਤਾਂ ਉਹ ਤੋਂ ਤੁਹਾਨੂੰ ਆਈਡੀਆ ਲੱਗਦਾ ਰਹਿੰਦਾ ਕਿ ਪੰਜਾਬ ਨੂੰ ਵੀ ਹੋਰ ਕੀ ਕਰਨਾ ਚਾਹੀਦਾ, ਠੀਕ ਹੈ। ਤੋ ਸਿੰਪਲ ਡੈਫੀਨੇਸ਼ਨ, ਠੀਕ ਹੈ ਜੀ, ਲੋਕਲ ਕਮਿਊਨਿਟੀਜ਼ ਦਾ ਵੈਲਬਿੰਗ ਕਰਨਾ, ਇਟ ਏਮਸ, ਇਹਦੇ ਨਾਲ ਹੋਊਗਾ ਕਿ ਰਿਡਿਊਸ ਨੈਗੇਟਿਵ ਇੰਪੈਕਟਸ,
ਨੈਚੁਰਲ ਰਿਸੋਰਸਿਸ ਦੇ ਉੱਤੇ ਨੈਗੇਟਿਵ ਇੰਪੈਕਟਸ ਨਹੀਂ ਪੈਣਗੇ, ਪੋਜ਼ਿਟਿਵ ਇੰਪੈਕਟਸ ਹੋਣਗੇ ਲੋਕਲ ਕਮਿਊਨਿਟੀਜ਼ ਦੇ ਉੱਤੇ ਵੀ ਅਤੇ ਇਨਵਾਇਰਮੈਂਟ ਦੇ ਉੱਤੇ ਵੀ, ਠੀਕ ਹੈ। ਯਾਨੀ ਕਿ ਇਨਵਾਇਰਮੈਂਟ ਵੀ ਆਪਣਾ ਸੇਫ ਰਹੂਗਾ, ਲੇਕਿਨ ਜਿਹੜੇ ਲੋਕਲ ਕਮਿਊਨਿਟੀਜ਼ ਹੋਣਗੀਆਂ ਆਪਾਂ ਟੂਰਿਜ਼ਮ ਕਰ ਰਹੇ ਹਾਂ ਉਹਨਾਂ ਨੂੰ ਰੈਵੈਨਿਊ ਵੀ ਮਿਲੂਗਾ, ਠੀਕ ਹੈ। ਕੋਈ ਵੀ ਬੰਦਾ ਜਾ ਰਿਹਾ ਉੱਥੋਂ ਕੁਛ ਪਰਚੇਜ਼ ਕਰੂਗਾ, ਜਦੋਂ ਆਪਾਂ ਗੱਲ ਕਰਦੇ ਹਾਂ ਵੋਕਲ ਫੋਰ ਲੋਕਲ, ਠੀਕ ਹੈ, ਮੋਦੀ ਜੀ ਇਸ ਚੀਜ਼ ਦਾ ਬੜਾ ਯੂਜ਼ ਕਰਦੇ ਆ, ਦੈਟ ਮੀਨ ਜਿਹੜੇ ਉੱਥੇ ਲੋਕਲ ਆਰਟੀਸਟਸ ਹੁੰਦੇ ਆ ਕੁਛ ਤੁਸੀਂ ਪਰਚੇਜ਼ ਕਰ ਲੈਣੇ ਉਹ ਚੀਜ਼, ਤਾਂ ਉਹਨਾਂ ਨੂੰ ਵੀ ਬੈਨੀਫਿਟ ਮਿਲਦਾ ਟੂਰਿਜ਼ਮ ਤੋਂ। ਲੇਕਿਨ ਟੂਰਿਜ਼ਮ ਜਿਹੜਾ ਹੋਣਾ ਚਾਹੀਦਾ ਉਹ ਇੱਕੋ ਟੂਰਿਜ਼ਮ ਹੋਣਾ ਚਾਹੀਦਾ, ਇਹ ਨਾ ਹੋਵੇ ਕਿ ਇਨਵਾਇਰਮੈਂਟ ਦੇ ਉੱਤੇ ਨੈਗੇਟਿਵ ਇੰਪੈਕਟਸ ਪੈ ਰਹੇ, ਠੀਕ ਹੈ ਜੀ। ਬਸ ਇੱਕੋ ਟੂਰਿਜ਼ਮ ਬਹੁਤ ਹੀ ਪਲੇਨ ਲੈਂਗੁਏਜ ਵਿੱਚ ਪੁੱਛਿਆ ਗਿਆ, ਇਸ ਤੋਂ ਜ਼ਿਆਦਾ ਕੁਛ ਲਿਖੋਗੇ ਨਹੀਂ। ਬਿਕੋਜ਼ ਕਾਰਨ ਇਹ ਹੈ, ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਕਿਸ ਪੇਪਰ ਦੇ ਵਿੱਚ ਇਹ ਕੁਸ਼ਚਨ ਆ ਰਿਹਾ। ਦੇਖੋ ਬੇਸਿਕਲੀ ਉਹ ਇੱਥੇ ਸਟ੍ਰੈਸ ਕਰਨ ਦੀ ਕੋਸ਼ਿਸ਼ ਜ਼ਿਆਦਾ ਕਰ ਰਿਹਾ ਕਿ ਅਗਰ ਤੁਹਾਨੂੰ ਡਾਇਰੈਕਟਰ ਟੂਰਿਜ਼ਮ ਬਣਾ ਦਿੱਤਾ ਜਾਵੇ ਤਾਂ ਤੁਸੀਂ ਇੱਕੋ ਟੂਰਿਜ਼ਮ ਨੂੰ ਪ੍ਰਮੋਟ ਕਰਨ ਲਈ ਫਿਰ ਕੀ ਕਰੋਗੇ? ਤਾਂ ਡਾਇਰੈਕਟਲੀ ਸ਼ਿਫਟ ਕਰੋਗੇ, ਠੀਕ ਹੈ, ਵਨ ਲਾਈਨ ਲਿਖੋਗੇ ਐਜ਼ ਆ ਡਾਇਰੈਕਟਰ ਟੂਰਿਜ਼ਮ, ਤੁਸੀਂ ਪ੍ਰਮੋਟ ਕਿਵੇਂ ਕਰੋਗੇ ਇੱਕੋ ਟੂਰਿਜ਼ਮ ਨੂੰ, ਉਹਦੇ ਬਾਰੇ ਦੇਖਾਂਗੇ ਜੀ। ਕਲੀਅਰ? ਜ਼ਿਆਦਾ ਕੁਛ ਇਹਨੂੰ ਤੁਸੀਂ ਖਿੱਚਣਾ ਨਹੀਂ ਹੈ। ਉਸ ਤੋਂ ਬਾਅਦ ਦੇਖੋ ਐਜ਼ ਆ ਡਾਇਰੈਕਟਰ ਟੂਰਿਜ਼ਮ, ਮੰਨ ਲਓ ਤੁਸੀਂ ਡਾਇਰੈਕਟਰ ਬਣ ਗਏ ਕਿਸੇ ਡਿਪਾਰਟਮੈਂਟ ਦੇ, ਠੀਕ ਹੈ, ਤਾਂ ਉਸ ਡਿਪਾਰਟਮੈਂਟ ਬਾਰੇ ਥੋੜ੍ਹਾ ਸੋਚੋ, ਤੁਸੀਂ ਕੋਈ ਐਕਸ਼ਨ ਲੈਣਾ। ਐਕਸ਼ਨ ਲੈਣ ਤੋਂ ਪਹਿਲਾਂ ਤੁਹਾਨੂੰ ਉਸ ਚੀਜ਼ ਦੇ ਬਾਰੇ ਇੱਕ ਰੋ ਡਾਟਾ ਪਤਾ ਹੋਣਾ ਚਾਹੀਦਾ ਹੈ, ਬੇਸ ਲਾਈਨ ਪਤਾ ਹੋਣੀ ਚਾਹੀਦੀ ਹੈ ਉੱਥੇ ਚੱਲ ਕੀ ਰਿਹਾ। ਲਾਈਕ ਹੁਣ ਦੇਖੋ ਇੱਕੋ ਟੂਰਿਜ਼ਮ ਨੂੰ ਪ੍ਰਮੋਟ ਕਰਨਾ, ਟੂਰਿਜ਼ਮ ਤਾਂ ਫਲਰਿਸ਼ ਕਰਨਾ ਹੀ ਕਰਨਾ ਕਿ ਜਿਹੜੇ ਟੂਰਿਸਟ ਨੇ ਉੱਥੇ ਆਉਣ, ਲੇਕਿਨ ਇਨਵਾਇਰਮੈਂਟ ਦੇ ਉੱਤੇ ਨੈਗੇਟਿਵ ਇੰਪੈਕਟਸ ਨਹੀਂ ਪੈਣਾ ਚਾਹੀਦਾ। ਤਾਂ ਸਭ ਤੋਂ ਪਹਿਲਾਂ ਤੁਸੀਂ ਸਾਈਟਸ ਐਕਸੈਸ ਕਰੋਗੇ, ਠੀਕ ਹੈ, ਐਕਸੈਸਮੈਂਟ ਆਫ ਨੈਚੁਰਲ ਸਾਈਟਸ ਅਸੈਸ ਕਰੋਗੇ ਕਿ ਪੰਜਾਬ ਦੇ ਵਿੱਚ ਕਿਹੜੀਆਂ ਕਿਹੜੀਆਂ ਸਾਈਟਸ ਹੈਗੀਆਂ ਨੇ ਨੈਚੁਰਲ ਰਿਸੋਰਸਿਸ ਦੇ ਤੌਰ 'ਤੇ ਕੰਮ ਕਰ ਰਹੀਆਂ ਨੇ, ਜਿੱਥੇ ਟੂਰਿਸਟ ਆਉਣਾ ਪਸੰਦ ਕਰਦੇ ਆ, ਠੀਕ ਹੈ। ਤਾਂ ਜ਼ਰੂਰੀ ਨਹੀਂ ਹੈਗਾ ਕਿ ਇਕੱਲੇ ਨੈਚੁਰਲ ਰਿਸੋਰਸਿਸ ਨੇ, ਕੋਈ ਐਵੇਂ ਦਾ ਵੀ ਰਿਸੋਰਸ ਹੈਗਾ ਜਿਹੜਾ ਮੈਨ ਮੇਡ ਹੈ, ਲੇਕਿਨ ਟੂਰਿਸਟ ਜਿਹੜੇ ਹੈਗੇ ਉਹਦੇ ਉੱਤੇ ਬਹੁਤ ਵੱਡੀ ਗਿਣਤੀ ਵਿੱਚ ਆ ਰਹੇ ਹੈ, ਲੇਕਿਨ ਉਹਦਾ ਇਨਵਾਇਰਮੈਂਟ ਦੇ ਉੱਤੇ ਇੰਪੈਕਟ ਪੈ ਰਿਹਾ, ਉਹ ਚੀਜ਼ ਵੀ ਇਹਦੇ 'ਚ ਇਨਕਲੂਡ ਹੋ ਸਕਦੀ ਹੈ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਅਸੈਸ ਕਰੋਗੇ, ਕੰਡਕਟ ਕਰਾਂਗੇ ਕੰਪ੍ਰੀਹੈਂਸਿਵ ਸਰਵੇ ਆਫ ਪੰਜਾਬ ਦੇ ਨੈਚੁਰਲ ਰਿਸੋਰਸਿਸ, ਪੰਜਾਬ ਦੇ ਵਿੱਚ ਕਿਹੜੀ ਕਿਹੜੀ ਜਗ੍ਹਾ 'ਤੇ ਵੈਟਲੈਂਡਸ ਹੈ, ਕਮਿਊਨਿਟੀ ਰਿਜ਼ਰਵਸ ਹੈ, ਠੀਕ ਹੈ, ਜਿੱਥੇ ਟੂਰਿਸਟ ਸਪੈਸੀਫਿਕਲੀ ਘੁੰਮਣ ਲਈ ਜਾ ਰਹੇ ਹੈ, ਲਾਈਕ ਬਾਇਓਡਾਇਵਰਸਿਟੀ ਹੋਟਸਪੋਟਸ। ਫਿਰ ਉਹਦੇ ਐਗਜ਼ਾਮਪਲ ਦਿੱਤੀ ਗਈ ਹੈ ਕਿ ਨੈਚੁਰਲ ਰਿਸੋਰਸਿਸ ਦਾ ਮਤਲਬ ਲਾਈਕ ਜਿਵੇਂ ਬਾਇਓਡਾਇਵਰਸਿਟੀ ਹੋਟਸਪੋਟਸ ਕਿਹੜੇ ਕਿਹੜੇ, ਵੈਟਲੈਂਡਸ ਹੈ, ਕਮਿਊਨਿਟੀ ਪਾਰਕਸ ਹੈ, ਇਹਨਾਂ ਬਾਰੇ ਆਪਾਂ ਇੱਕ ਆਪਾਂ ਕੰਪ੍ਰੀਹੈਂਸਿਵ ਪਹਿਲਾਂ ਡਾਟਾ ਇਕੱਠਾ ਕਰਾਂਗੇ ਕਿ ਸਭ ਤੋਂ ਜ਼ਿਆਦਾ ਟੂਰਿਸਟ ਕਿੱਥੇ ਜਾਂਦੇ ਆ, ਕਿਸ ਏਰੀਆ ਦੀ ਜ਼ਿਆਦਾ ਡਿਮਾਂਡ ਹੈ ਜੀ, ਠੀਕ ਹੈ। ਉਸ ਤੋਂ ਬਾਅਦ ਕੀ ਹੈ ਇਨਫਰਾਸਟ੍ਰਕਚਰ ਡਿਵੈਲਪਮੈਂਟ। ਨਾਓ ਹੁਣ ਦੇਖੋ ਇਕੋ ਟੂਰਿਜ਼ਮ ਦੇ ਵਿੱਚ ਕੀ ਹੈ ਕਿ ਤੁਹਾਨੂੰ ਟੂਰਿਜ਼ਮ ਹੀ ਪਹਿਲਾਂ ਪ੍ਰਮੋਟ ਕਰਨਾ ਪਊਗਾ ਨਾ, ਤੁਸੀਂ ਟੂਰਿਜ਼ਮ ਲਈ ਵੀ ਤਾਂ ਨਾਲ ਹੀ ਪੋਲਿਸੀ ਬਣਾ ਰਹੇ ਹੋ। ਤਾਂ ਟੂਰਿਸਟ ਉੱਥੇ ਪਹੁੰਚਣ ਤਾਂ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਰਨਾ ਹੈ, ਲੇਕਿਨ ਇਨਫਰਾਸਟ੍ਰਕਚਰ ਡਿਵੈਲਪਮੈਂਟ ਜਿਹੜਾ ਕਿਹੜਾ ਹੋਣਾ ਚਾਹੀਦਾ, ਨਾਲ ਹੀ ਸਸਟੇਨੇਬਲ। ਲਾਈਕ ਮੈਂ ਤੁਹਾਨੂੰ ਇਗਜ਼ਾਮਪਲ ਦਿੱਤੀ ਕਿ ਚਾਰ ਧਾਮ ਪ੍ਰੋਜੈਕਟ ਆਲ ਓਵਰ ਇੰਡੀਆ ਲੈਵਲ 'ਤੇ ਜਿਹੜਾ ਆਪਣਾ ਯੂਨੀਅਨ ਗੌਰਮੈਂਟ ਬਣਾ ਰਹੀ ਹੈ, ਚਾਰ ਧਾਮ ਪ੍ਰੋਜੈਕਟ ਜਿਹੜੇ ਆਪਣੇ ਚਾਰ ਧਾਮ ਨੇ ਉਹਨਾਂ ਦੀ ਉੱਥੇ ਟੂਰਿਸਟ ਜਾਣ, ਠੀਕ ਹੈ, ਉਹ ਬਣਾਤਾ। ਲੇਕਿਨ ਉਹਦੇ ਲਈ ਉਹਨਾਂ ਨੂੰ ਕੀ ਕਰਨਾ ਪੈ ਰਿਹਾ, ਲਾਈਕ ਹੁਣ ਟ੍ਰੈਫਿਕ ਵਧੇਗੀ, ਚਾਰ ਲੇਨ ਬਣਾ ਰਹੇ ਹੈ, ਠੀਕ ਹੈ, ਲੇਕਿਨ ਉਹਦੇ ਨਾਲ ਹੋਇਆ ਕੀ ਆ, ਪ੍ਰੋਬਲਮਸ ਆਫ ਲੈਂਡਸਲਾਈਡ ਇਨਕਰੀਜ਼ ਕਰੇਗੀ, ਠੀਕ ਹੈ, ਕਿਉਂਕਿ ਪਹਾੜੀਆਂ ਨੂੰ ਕੱਟ ਕੇ ਅਗਰ ਉਹ ਚੀਜ਼ ਬਣਾ ਰਹੇ ਹੈ ਤਾਂ ਜਿਹੜੀ ਆਪਣੀ ਸੋਇਲ ਦੀ ਪਾਵਰ ਹੁੰਦੀ ਹੈ ਆਪਣੇ ਆਪ ਨੂੰ ਸਮੇਟ ਕੇ ਰੱਖਣ ਦੀ, ਉਹ ਲੂਜ਼ ਹੋ ਜਾਂਦੀ ਹੈ। ਅਤੇ ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਤੁਸੀਂ ਕਰੋਗੇ ਟੂਰਿਸਟ ਲਈ ਕਿ ਉੱਥੇ ਆਉਣ, ਉਹਨਾਂ ਨੂੰ ਕੋਈ ਪ੍ਰੋਬਲਮਸ ਨਾ ਹੋਣ, ਅੱਛੀ ਫੈਸਿਲਿਟੀਜ਼ ਦਿਉਂਗੇ, ਲੇਕਿਨ ਫਿਰ ਉਹ ਫੈਸਿਲਿਟੀ ਜਿਹੜੀ ਦੇ ਰਹੇ ਹੋ ਸਸਟੇਨੇਬਲ ਇਨ ਨੇਚਰ ਹੋਣੀ ਚਾਹੀਦੀ ਹੈ। ਦੇਖੋ ਉਰੇ ਅੰਡਰਲਾਈਨ ਕਰੋਗੇ ਸਸਟੇਨੇਬਲ ਇਨਫਰਾਸਟ੍ਰਕਚਰ ਕੀ ਤੁਸੀਂ ਵਿਊ 'ਚ ਰੱਖੋਗੇ, ਕੀਪਿੰਗ ਇਨ ਵਿਊ ਦਾ ਵਲਨਰੇਬਿਲਟੀ ਮੈਪ ਆਫ ਪੰਜਾਬ। ਦੇਖੋ ਪੰਜਾਬ ਦਾ ਇੱਕ ਵਲਨਰੇਬਿਲਟੀ ਮੈਪ ਤੁਸੀਂ ਤਿਆਰ ਰੱਖੋਗੇ ਕਿ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਏਰੀਏ ਦੇ ਵਿੱਚ ਫਲੱਡਸ ਦੀ ਪ੍ਰੋਬਲਮ ਹੋ ਸਕਦੀ ਹੈ, ਠੀਕ ਹੈ, ਪੰਜਾਬ ਦੇ ਕਿਹੜੇ ਕਿਹੜੇ ਏਰੀਏ ਦੇ ਵਿੱਚ ਲੈਂਡਸਲਾਈਡਿੰਗ ਜਾਂ ਪ੍ਰੋਬਲਮਸ ਹੋ ਸਕਦੀਆਂ ਨੇ, ਡਿਪੈਂਡ ਕਰਦਾ ਕਿਸ ਟਾਈਪ ਦਾ ਟੂਰਿਸਟ ਪਲੇਸ ਹੈ ਉਹ, ਠੀਕ ਹੈ। ਉਹਦਾ ਇੱਕ ਵਲਨਰੇਬਿਲਟੀ ਮੈਪ ਤਿਆਰ ਕਰੋਗੇ, ਯੂਜ਼ ਆਫ ਲੋਕਲੀ ਅਵੇਲੇਬਲ ਮਟੀਰੀਅਲਸ ਐਂਡ ਐਨਰਜੀ ਐਫੀਸ਼ੀਐਂਟ ਟੈਕਨੋਲੋਜੀਸ।
ਉੱਥੇ ਜਿਹੜਾ ਲੋਕਲੀ ਅਵੇਲੇਬਲ ਮਟੀਰੀਅਲ ਹੁੰਦਾ ਤੁਸੀਂ ਉਹਦਾ ਹੀ ਯੂਜ਼ ਕਰੋਗੇ। ਸੋ ਐਵੇਂ ਨਾ ਹੋਵੇ ਕਿ ਤੁਸੀਂ ਬਾਹਰੋਂ ਕੋਈ ਐਵੇਂ ਦੀ ਚੀਜ਼ ਲੈ ਕੇ ਆ ਰਹੇ ਹੋ, ਕੋਈ ਐਵੇਂ ਦਾ ਫੋਰਨ ਮਟੀਰੀਅਲ ਉਸ ਚੀਜ਼ ਨੂੰ ਬਣਾਉਣ ਦੇ ਵਿੱਚ ਲੱਗਿਆ, ਜਿਹਦੇ ਨਾਲ ਕੀ ਹੋਇਆ ਕਿ ਉੱਥੇ ਦੇ ਫਲੋਰਾ ਫੋਨਾ ਦੇ ਉੱਤੇ ਮਾਲੂ ਇੰਪੈਕਟ ਪੈਣ ਲੱਗ ਗਿਆ, ਪਸ਼ੂ ਪੰਛੀਆਂ ਦੇ ਉੱਤੇ ਇੰਪੈਕਟ ਪੈ ਰਿਹਾ, ਤਾਂ ਇੱਕ ਤਰ੍ਹਾਂ ਕਿਵੇਂ ਟੂਰਿਸਟ ਪਲੇਸ ਰਹੇਗਾ। ਮੰਨ ਲਓ ਕੋਈ ਵੈਟਲੈਂਡ ਹੋਈ, ਠੀਕ ਹੈ, ਤੁਸੀਂ ਐਵੇਂ ਦਾ ਉੱਥੇ ਮਟੀਰੀਅਲ ਬਣਾ ਰਹੇ ਹੋ, ਹੋਟਲਸ ਬਣਾ ਰਹੇ ਹੋ, ਠੀਕ ਹੈ, ਲੋਕ ਰਹਿਣ ਲਈ ਆ ਰਹੇ ਹੈ, ਜਾਂ ਤੁਸੀਂ ਕੋਈ ਐਵੇਂ ਦਾ ਸਿਸਟਮ ਲਗਾ ਰਿਹਾ ਕਿ ਨੋਇਸ ਪ੍ਰੋਬਲਮਸ ਬਹੁਤ ਨੇ, ਤਾਂ ਫਿਰ ਪਸ਼ੂ ਪੰਛੀ ਉੱਥੇ ਨਹੀਂ ਆਉਣਗੇ, ਠੀਕ ਹੈ। ਤਾਂ ਐਨਰਜੀ ਐਫੀਸ਼ੀਐਂਟ ਟੈਕਨੋਲੋਜੀਜ਼ ਲਗਾਓਗੇ, ਬਹੁਤ ਹੀ ਘੱਟ ਐਨਰਜੀ ਦਾ ਯੂਜ਼ ਕਰਨਾ, ਠੀਕ ਹੈ। ਯੂਜ਼ ਆਫ ਬਿਲਡਿੰਗ ਕੋਡਸ, ਲਾਈਕ ਦੇਖੋ ਮੈਂ ਇੱਥੇ ਐਗਜ਼ਾਮਪਲ ਯੂਜ਼ ਕੀਤੀ ਹੋਈ ਆ, ਅਗਰ ਤੁਸੀਂ ਥੋੜ੍ਹਾ ਜਿਹਾ ਹੋਰ ਇਸ ਚੀਜ਼ ਨੂੰ ਐਕਸਪਲੇਨ ਕਰਨਾ ਚਾਹ ਰਹੇ ਹੋ ਤਾਂ ਵਿਦ ਐਗਜ਼ਾਮਪਲਸ ਲਿਖੋਗੇ, ਜ਼ਿਆਦਾ ਐਕਸਪਲੇਨ ਕਰਨ ਲਈ ਤੁਹਾਡੇ ਕੋਲ ਟਾਈਮ ਨਹੀਂ ਹੈ, ਠੀਕ ਹੈ। ਤੁਸੀਂ ਹਰ ਇੱਕ ਚੀਜ਼ ਇਹ ਸੋਚ, ਦੇਖੋ ਹੁਣ ਅਸੀਂ ਸਿਰਫ ਤੁਹਾਨੂੰ ਅਸੀਂ ਸਿਖਾ ਰਹੇ ਹਾਂ, ਪੜ੍ਹਾ ਰਹੇ ਹਾਂ, ਤਾਂ ਅਸੀਂ ਐਕਸਪਲੇਨ ਕਰ ਰਹੇ ਹਾਂ, ਲੇਕਿਨ ਜਦੋਂ ਤੁਸੀਂ ਆਨਸਰਸ ਲਿਖ ਰਹੇ ਹੋ ਅਤੇ ਇੱਕ ਇਗਜ਼ਾਮਿਨਰ ਚੈੱਕ ਕਰ ਰਿਹਾ, ਲਿਖਣ ਵਾਲੇ ਨੂੰ ਵੀ ਨੌਲੇਜ ਹੈ ਅਤੇ ਚੈੱਕ ਕਰਨ ਵਾਲੇ ਵੀ ਨੌਲੇਜ ਹੈ, ਉੱਥੇ ਐਵੇਂ ਦਾ ਕੁਛ ਨਹੀਂ ਐਕਸਪਲੇਨ ਕੀਤਾ ਜਾਏਗਾ। ਤਾਂ ਵਿਦ ਐਗਜ਼ਾਮਪਲ ਤੁਸੀਂ ਉਹਨੂੰ ਥੋੜ੍ਹਾ ਜਿਹਾ ਕਰੋਬਰੇਟ ਕਰ ਸਕਦੇ ਹੋ ਕਿ ਬਿਲਡਿੰਗ ਕੋਡਸ ਜਿਹੜੇ BEE ਨੇ ਬਣਾਏ ਹੋਏ ਹੈ, ਠੀਕ ਹੈ, ਉਹਦਾ ਅਸੀਂ ਯੂਜ਼ ਕਰਾਂਗੇ। ਬਿਲਡਿੰਗ ਕੋਡਸ ਬਣੇ ਹੁੰਦੇ ਆ ਕਿ ਇਸ ਟਾਈਪ ਦੇ ਮਟੀਰੀਅਲ ਯੂਜ਼ ਕਰੋਗੇ, ਉਸਨੂੰ ਤੁਸੀਂ ਕੀ ਕਰਨਾ, ਮੰਨ ਲਓ ਤੁਸੀਂ ਏਅਰ ਕੰਡੀਸ਼ਨ ਕਰਨਾ, ਤਾਂ ਤੁਸੀਂ ਉੱਥੇ AC ਵਗੈਰਾ ਦਾ ਯੂਜ਼ ਨਹੀਂ ਕਰਨਾ, ਉਹਦਾ ਡਿਜ਼ਾਈਨ ਐਵੇਂ ਦਾ ਹੋਏਗਾ ਕਿ ਪ੍ਰੋਪਰ ਵੈਂਟਸ ਜਿਹੜੇ ਬਿਲਡਿੰਗ ਦੇ ਵਿੱਚ ਹੋਣਗੇ, ਪ੍ਰੋਪਰ ਸਰਕੂਲੇਸ਼ਨ ਆਫ ਏਅਰ ਹੋਊਗੀ, ਠੀਕ ਹੈ। ਇਹ ਗ੍ਰੀਹਾਜ਼ ਰੇਟਿੰਗਸ ਹੁੰਦੀਆਂ ਨੇ ਜਿਹੜੀਆਂ ਪ੍ਰੋਪਰ ਇੱਕ ਬਿਲਡਿੰਗ ਨੂੰ ਡਿਜ਼ਾਈਨ ਕਰਨ ਲਈ ਕਿੰਨ ਰੇਟਿੰਗਸ ਕੀਤੀਆਂ ਜਾਂਦੀਆਂ ਨੇ। ਲਾਓ ਨਾ ਹੁਣ ਲਾਓ, ਇੱਥੇ ਮੈਂ ਤੁਹਾਨੂੰ ਇਹ ਚੀਜ਼ ਨਹੀਂ ਸਮਝਾਵਾਂਗਾ ਕਿ ਗ੍ਰੀਹਾ ਰੇਟਿੰਗਸ ਕੀ ਹੁੰਦੀ, ਲੇਕਿਨ ਯੂਜ਼ ਆਫ ਵਰਡਸ, ਤੁਸੀਂ ਜਦੋਂ ਇਨ ਡੈਪਥ ਨੌਲੇਜ ਹੋਊਗੀ ਤੁਹਾਨੂੰ ਸਟੱਡੀ ਕਰਦੇ ਹੋਏ, ਤਾਂ ਇਹੋ ਜਿਹੀਆਂ ਚੀਜ਼ਾਂ ਤੁਸੀਂ ਕਰ ਸਕਦੇ ਹੋ। ਲਾਈਕ ਹੁਣ ਐਡਵੈਂਚਰ ਟੂਰਿਜ਼ਮ ਡਿਵੈਲਪ ਕਰਨ ਦੀ ਕੋਸ਼ਿਸ਼ ਤਾਂ ਕਰ ਰਹੀ ਹੈ, ਠੀਕ ਹੈ, ਲਾਈਕ ਪਠਾਨਕੋਟ ਦੇ ਵਿੱਚ ਪੰਜਾਬ ਗਵਰਨਮੈਂਟ ਕਰ ਰਹੀ ਹੈ, ਲੇਕਿਨ ਉੱਥੇ ਜੋ ਵੀ ਤੁਸੀਂ ਕਰਨਾ ਚਾਹੋਗੇ, ਇਨਫਰਾਸਟਰਕਚਰ ਡਿਵੈਲਪਮੈਂਟ ਕਰਨਾ ਚਾਹੋਗੇ, ਉਹ ਤੁਹਾਡਾ ਕੀ ਹੋਣਾ ਚਾਹੀਦਾ, ਪ੍ਰੋਪਰ ਸਸਟੇਨੇਬਲ ਇਨਫਰਾਸਟਰਕਚਰ ਹੋਣਾ ਚਾਹੀਦਾ, ਸੋ ਦੈਟ ਕਿ ਉਹਦਾ ਕੋਈ ਬੈਡ ਇੰਪੈਕਟ ਜਿਹੜਾ ਹੈਗਾ ਨਾ ਪਵੇ। ਦੈਨ ਲਾਈਕ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਅਸੈਸਮੈਂਟ ਕਰ ਲਿਆ, ਮੈਂ ਇਨਫਰਾਸਟਰਕਚਰ ਡਿਵੈਲਪਮੈਂਟ ਕਰਨਾ ਚਾਹੁੰਦਾ, ਇੱਕ ਚੀਜ਼ ਕਲੀਅਰ ਹੋਣੀ ਚਾਹੀਦੀ ਕਿ ਜਿਸ ਜਗ੍ਹਾ ਦੇ ਵਿੱਚ ਡਿਵੈਲਪਮੈਂਟ ਕਰ ਰਹੇ ਹੋ ਉੱਥੋਂ ਦੀ ਲੋਕਲ ਕਮਿਊਨਿਟੀ ਦਾ ਅੰਗੇਜਮੈਂਟ ਅਤੇ ਉਹਨਾਂ ਦੀ ਰਿਕੋਗਨੀਸ਼ਨ ਬਹੁਤ ਇੰਪੋਰਟੈਂਟ ਹੈ। ਦੇਖੋ ਕੋਈ ਵੀ ਚੀਜ਼ ਅੱਜ ਨੈਚੁਰਲੀ ਪ੍ਰੀਜ਼ਰਵ ਕੀਤੀ ਗਈ ਹੈ, ਠੀਕ ਹੈ, ਤਾਂ ਉੱਥੋਂ ਦੇ ਲੋਕਲ ਕਮਿਊਨਿਟੀਜ਼ ਦਾ ਉਸਨੂੰ ਪ੍ਰੀਜ਼ਰਵ ਕਰਨ ਦੇ ਵਿੱਚ ਇੱਕ ਵੱਡਾ ਰੋਲ ਹੈ, ਠੀਕ ਹੈ। ਤਾਂ ਤੁਸੀਂ ਉਹਨਾਂ ਕਮਿਊਨਿਟੀਜ਼ ਤੋਂ ਰਾਏ ਵੀ ਲਓਗੇ ਕਿ ਮੰਨ ਲਓ ਗੌਰਮੈਂਟ ਜਿਹੜੀ ਹੈਗੀ ਹੈ ਜੀ ਇੱਥੇ ਇਹ ਚੀਜ਼ ਪਲੈਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬੇਸਿਕਲੀ ਇਹ ਹੁੰਦਾ ਕਿ ਜਦੋਂ ਇਨਵਾਇਰਮੈਂਟ ਇੰਪੈਕਟ ਅਸੈਸਮੈਂਟ ਪੜ੍ਹਦੇ ਹਾਂ ਨਾ ਆਪਾਂ, ਇਨਵਾਇਰਮੈਂਟ ਦੇ ਵਿੱਚ ਟੋਪਿਕ ਹੈ, ਤਾਂ ਉਹਦੇ ਵਿੱਚ ਇਹੀ ਹੁੰਦਾ ਕਿ ਜਦੋਂ ਗੌਰਮੈਂਟ ਕੋਈ ਪ੍ਰੋਜੈਕਟ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹਦਾ ਇਨਵਾਇਰਮੈਂਟ ਇੰਪੈਕਟ ਅਸੈਸਮੈਂਟ ਕਰਵਾਇਆ ਜਾਂਦਾ, ਤਾਂ ਉਹਦੇ ਵਿੱਚ ਜਿਹੜੀ ਲੋਕਲ ਬੋਡੀਜ਼ ਹੁੰਦੀਆਂ ਨੇ ਉਹਨਾਂ ਤੋਂ ਕੀ ਹੁੰਦੀ ਪਬਲਿਕ ਹੀਅਰਿੰਗ ਹੁੰਦੀ ਹੈ ਇਹਨਾਂ ਦੀ, ਦੱਸਦੀਆਂ ਨੇ ਕਿ ਅਗਰ ਤੁਸੀਂ ਇਹੋ ਜਿਹਾ ਪ੍ਰੋਜੈਕਟ ਲੈ ਕੇ ਆਓਗੇ ਤਾਂ ਇੱਥੋਂ ਦੇ ਫਲੋਰਾ ਫਾਨਾ ਦੇ ਉੱਤੇ ਇੰਪੈਕਟ ਪੈ ਸਕਦਾ ਹੈ, ਇੱਥੋਂ ਦੇ ਵਾਟਰ ਲੈਵਲ ਦੇ ਉੱਤੇ ਇੰਪੈਕਟ ਪੈ ਸਕਦਾ ਹੈ, ਪੋਲਿਊਟ ਹੋ ਸਕਦਾ, ਤਾਂ ਲੋਕਲ ਕਮਿਊਨਿਟੀ ਦੀ ਇੰਗੇਜਮੈਂਟ ਕਰਵਾਵਾਂਗੇ ਅਸੀਂ ਐਜ਼ ਆ ਡਾਇਰੈਕਟਰ ਟੂਰਿਜ਼ਮ, ਐਂਡ ਉਹਨਾਂ ਨੂੰ ਰਿਕੋਗਨਾਈਜ਼ ਵੀ ਕਰਾਂਗੇ। ਸਪੋਜ਼ ਕਰੋ ਉਹਨਾਂ ਨੇ ਬਹੁਤ ਹੀ ਵੱਡਾ ਰੋਲ ਪਲੇ ਕੀਤਾ ਉਹਨਾਂ ਨੂੰ ਪ੍ਰੀਜ਼ਰਵ ਕਰਨ ਦੇ ਵਿੱਚ, ਤਾਂ ਅਸੀਂ ਉਹਨਾਂ ਨੂੰ ਕੀ ਕਰਾਂਗੇ, ਅਵਾਰਡਸ ਵਗੈਰਾ ਵੀ ਦੇਵਾਂਗੇ, ਠੀਕ ਹੈ। ਇਨਵੋਲਵ ਕਰਨਾ ਲੋਕਲ ਕਮਿਊਨਿਟੀਜ਼ ਨੂੰ, ਪੋਲਿਸੀ ਬਣਾਉਣ ਲੱਗੇ ਹਰੇਕ ਤਰ੍ਹਾਂ ਦਾ ਸਟੇਕ ਹੋਲਡਰ ਜਿਹੜਾ ਹੈਗਾ ਉਹਨੂੰ ਵਿੱਚ ਅਸੀਂ ਪੋਲਿਸੀ ਦੇ ਇੰਕਲੂਡ ਕਰਾਂਗੇ। ਸਟੇਕ ਹੋਲਡਰ ਮਤਲਬ ਕਿ ਜਿੰਨੇ ਵੀ ਬੰਦੇ ਜਿਹੜੇ ਹੈਗੇ ਉਹਦੇ ਨਾਲ ਡਾਇਰੈਕਟਲੀ ਇਨਡਾਇਰੈਕਟਲੀ ਇੰਪੈਕਟ ਹੋਣਗੇ ਉਸ ਪ੍ਰੋਜੈਕਟ ਨਾਲ, ਠੀਕ ਹੈ। ਟ੍ਰੇਨ ਕਰਾਂਗੇ ਲੋਕਲ ਪੀਪਲਸ ਨੂੰ, ਠੀਕ ਹੈ, ਕਿ ਉਹ ਗਾਈਡ ਬਣ ਸਕਣ, ਠੀਕ, ਕਿਉਂਕਿ ਟੂਰਿਜ਼ਮ ਇਕੋ ਟੂਰਿਜ਼ਮ ਟੂਰਿਜ਼ਮ ਤਾਂ ਨਾਲ ਅਗਰ ਹੋਏਗਾ ਤਾਂ ਉਹਨਾਂ ਨੂੰ ਰੈਵੈਨਿਊ ਵੀ ਮਿਲਣਾ ਚਾਹੀਦਾ। ਆਰਟੀਸਨਸ ਜਿਹੜੇ ਹੈਗੇ ਉੱਥੋਂ ਦੇ ਲੋਕਲ ਪੀਪਲ ਜਿਹੜੇ ਹੈਗੇ ਸਰਵਿਸ ਪ੍ਰੋਵਾਈਡਰਸ ਰਿਕੋਗਨਾਈਜ਼ ਕਰਨੇ, ਇੰਸਟੀਟਿਊਸ਼ਨਲਾਈਜ਼ ਪ੍ਰਾਈਜ਼ ਰਿਕੋਗਨੀਸ਼ਨ ਲਈ ਕੀ ਕਰਾਂਗੇ ਆਪਾਂ, ਪ੍ਰਾਈਜ਼ ਡਿਸਟ੍ਰੀਬਿਊਟ ਵਗੈਰਾ ਵੀ ਉਹਨਾਂ ਲਈ ਕਰਾਵਾਂਗੇ, ਸੋ ਦੈਟ ਕਿ ਜਦੋਂ ਉਹਨੂੰ ਰਿਕੋਗਨੀਸ਼ਨ ਮਿਲੇਗੀ ਲੋਕਾਂ 'ਚ ਵੀ ਅਵੇਅਰਨੈਸ ਕ੍ਰੀਏਟ ਹੁੰਦੀ ਹੈ ਕਿ ਉਸ ਪਰਟੀਕੁਲਰ ਕਮਿਊਨਿਟੀ ਨੂੰ ਰਿਵਾਰਡ ਹੀ ਇਸ ਲਈ ਕੀਤਾ ਗਿਆ ਸੀ ਕਿਉਂਕਿ ਉਹਨੇ ਬਹੁਤ ਹੀ ਬੈਸਟ ਤਰੀਕੇ ਨਾਲ ਐਨਵਾਇਰਮੈਂਟ ਨੂੰ ਕੰਜ਼ਰਵ ਕਰਦੇ ਹੋਏ ਕੁਛ ਚੀਜ਼ਾਂ ਨੂੰ ਰੀਸਟੋਰ ਕੀਤਾ ਹੋਇਆ, ਠੀਕ ਹੈ, ਜਿਨ੍ਹਾਂ ਦਾ ਅੱਜ ਆਪਣੀ ਇਕਨੋਮੀ ਦੇ ਵਿੱਚ ਵੀ ਵੱਡਾ ਇੰਪੋਰਟੈਂਟ ਰੋਲ ਪਲੇ ਹੈਗਾ। ਟੂਰਿਸਟ ਆਉਂਦੇ ਹੈ, ਠੀਕ ਹੈ, ਉਹਨਾਂ ਨੂੰ ਰੀਕ੍ਰੀਏਸ਼ਨ ਐਕਟੀਵਿਟੀ ਮਿਲ ਜਾਂਦੀ ਹੈ, ਠੀਕ ਹੈ,
ਉਸ ਤੋਂ ਬਾਅਦ ਹੈਗਾ ਤੁਹਾਡਾ ਐਜੂਕੇਸ਼ਨ ਐਂਡ ਅਵੇਅਰਨੈਸ। ਨਾਓ ਦੇਖੋ, ਜਦੋਂ ਤੱਕ ਤੁਸੀਂ ਪੀਪਲਸ ਦਾ ਬਿਹੇਵੀਅਰ ਚੇਂਜ ਨਹੀਂ ਕਰੋਗੇ, ਜਿਹੜੇ ਟੂਰਿਸਟ ਉੱਥੇ ਜਾ ਰਹੇ ਹੈ, ਉਦੋਂ ਤੱਕ ਤੁਸੀਂ ਕਿੰਨੀਆਂ ਮਰਜ਼ੀ ਪੋਲਿਸੀਜ਼ ਬਣਾ ਲਓ, ਉਹ ਜਿਹੜੀਆਂ ਹੈਗੀਆਂ ਤੁਹਾਡੀਆਂ ਪ੍ਰੋਪਰ ਵਰਕ ਨਹੀਂ ਕਰ ਸਕਦੀਆਂ। ਲਾਈਕ ਜਦੋਂ ਆਪਾਂ ਨੈਸ਼ਨਲ ਲੈਵਲ ਦੇ ਕਹਿੰਦੇ ਹਾਂ ਕਿ ਅੱਜ ਸਵੱਛ ਭਾਰਤ ਅਭਿਆਨ ਚੱਲ ਰਿਹਾ, ਉਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਜੀ ਸਵੱਛ ਭਾਰਤ ਅਭਿਆਨ ਚੱਲਦਾ ਹੁੰਦਾ ਸੀਗਾ, ਠੀਕ ਹੈ, ਨਿਰਮਲ ਕਰਕੇ ਕੁਛ ਉਹਦਾ ਨਾਮ ਸੀਗਾ, ਐਸ ਐਚ ਮੈਨੂੰ ਨਹੀਂ ਯਾਦ ਆ ਰਿਹਾ। ਲੇਕਿਨ ਸਵੱਛ ਭਾਰਤ ਅਭਿਆਨ ਜਿਹੜਾ ਹੈਗਾ ਉਹ ਜ਼ਿਆਦਾ ਪਾਪੂਲਰ ਹੋਇਆ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹਨੂੰ ਪਾਪੂਲਰਾਈਜ਼ ਕੀਤਾ, ਬਿਹੇਵੀਅਰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ, ਐਜੂਕੇਟ ਅਵੇਅਰ ਕੀਤਾ ਲੋਕਾਂ ਨੂੰ। ਤਾਂ ਜਦੋਂ ਤੁਸੀਂ ਈਕੋ ਟੂਰਿਜ਼ਮ ਦੀ ਗੱਲ ਕਰਦੇ ਹੋ ਤਾਂ ਤੁਸੀਂ ਐਜੂਕੇਟ ਅਤੇ ਅਵੇਅਰ ਕਰੋਗੇ, ਠੀਕ ਹੈ। ਐਜੂਕੇਟ ਅਵੇਅਰ ਕਰਨ ਲਈ ਹੁਣ ਤੁਸੀਂ ਕੋਈ ਤਰੀਕਾ ਅਪਣਾਉਣਾ ਚਾਹੁੰਦੇ ਹੋ ਤਾਂ ਡਾਇਰੈਕਟਰ ਟੂਰਿਜ਼ਮ ਤੁਸੀਂ ਐਜ਼ ਆ ਐਗਜ਼ਾਮਪਲ ਉਹਨੂੰ ਲਿਖ ਸਕਦੇ ਹੋ। ਐਜੂਕੇਟ ਐਂਡ ਅਵੇਅਰ ਕਰਨ ਲਈ ਪ੍ਰੋਗਰਾਮਸ ਜਿਹੜੇ ਹੈਗੇ ਚਲਾਏ ਜਾਣਗੇ। ਉਹਨਾਂ ਪ੍ਰੋਗਰਾਮ ਦੇ ਵਿੱਚ ਆਪਾਂ ਸਕੂਲ ਸਟੂਡੈਂਟਸ ਦਾ ਕੀ ਕਰ ਸਕਦੇ ਹਾਂ ਜੀ, ਯੂਨੀਵਰਸਿਟੀ ਸਟੂਡੈਂਟਸ ਦਾ ਸਾਥ ਲੈ ਸਕਦੇ ਹਾਂ, ਠੀਕ ਹੈ। ਕਿਵੇਂ ਕਰੋਗੇ? ਦੇਖੋ, ਰੈਲੀਜ਼ ਔਰਗੇਨਾਈਜ਼ ਕੀਤੀਆਂ ਜਾ ਸਕਦੀਆਂ ਨੇ, ਠੀਕ ਹੈ। ਟੈਕਸਟ ਬੁੱਕ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਇੰਕਲੂਡ ਕੀਤਾ ਜਾ ਸਕਦਾ ਜੀ, ਠੀਕ ਹੈ। ਤਾਂ ਐਵੇਂ ਜੀ ਕਾਫੀ ਸਾਰੀ ਐਕਟੀਵਿਟੀਜ਼ ਕੀਤੀਆਂ ਜਾ ਸਕਦੀਆਂ ਨੇ। ਪ੍ਰਮੋਸ਼ਨ ਅਤੇ ਮਾਰਕੀਟਿੰਗ, ਨਾਓ ਇੱਕ ਟੂਰਿਜ਼ਮ ਪਲੇਸ ਹੈ, ਆਪਣੇ ਦੋ ਪਰਪਜ਼ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਉੱਥੇ ਟੂਰਿਸਟ ਆਉਣ ਵੀ, ਠੀਕ ਹੈ, ਲੇਕਿਨ ਆਪਣਾ ਇਹ ਵੀ ਹੁਣ ਹੈਗੇ ਕਿ ਉੱਥੇ ਮਤਲਬ ਕਿ ਪ੍ਰੋਬਲਮਸ ਵੀ ਨਾ ਕ੍ਰੀਏਟ ਹੋਣ। ਤਾਂ ਆਪਾਂ ਕੀ ਕਰਾਂਗੇ? ਪ੍ਰਮੋਟ ਵੀ ਕਰਾਂਗੇ, ਮਾਰਕੀਟਿੰਗ ਵੀ ਕਰਾਂਗੇ ਕਿ ਟੂਰਿਸਟ ਨੂੰ ਉੱਥੇ ਆਉਣਾ ਚਾਹੀਦਾ। ਇਹ ਨਹੀਂ ਹੈ ਕਿ ਆਉਣ ਤੋਂ ਹੀ ਰੋਕ ਦਿਉ, ਠੀਕ ਹੈ, ਕਿ ਇਨਵਾਇਰਮੈਂਟ ਕੰਜ਼ਰਵਰ ਵੀ ਨਹੀਂ। ਪ੍ਰਮੋਟ ਕਰਾਂਗੇ ਥਰੂ ਸੋਸ਼ਲ ਮੀਡੀਆ ਇਨਫਲੂਐਂਸਰਸ, ਲਾਈਕ ਕਾਫੀ ਸਾਰੇ ਇਨਫਲੂਐਂਸਰਸ ਨੇ, ਮੋਦੀ ਜੀ ਨੇ ਅਵਾਰਡ ਵੀ ਦਿੱਤੇ ਇਨਫਲੂਐਂਸਰਸ ਨੂੰ ਜਿਨ੍ਹਾਂ ਦਾ ਯੂਥ ਦੇ ਉੱਤੇ ਇੰਪੈਕਟ ਹੈਗਾ, ਸਾਰਾ ਦਿਨ ਉਹਨੂੰ ਸੋਸ਼ਲ ਮੀਡੀਆ ਦੇ ਵਿੱਚ ਸੁਣਦੇ ਰਹਿੰਦੇ ਹਾਂ, ਇੰਸਟਾਗ੍ਰਾਮ, ਫੇਸਬੁੱਕ। ਤਾਂ ਥਰੂ ਸੋਸ਼ਲ ਮੀਡੀਆ ਇਨਫਲੂਐਂਸਰਸ ਬ੍ਰਾਂਡ ਅੰਬੈਸਡਰਸ ਬਣਾਵਾਂਗੇ, ਉਹਨਾਂ ਦੇ ਥਰੂ ਆਪਾਂ ਕੀ ਕਰਾਂਗੇ ਜੀ ਅਵੇਅਰਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਐਵੇਂ ਨਹੀਂ ਹੈ ਕਿ ਟੂਰਿਸਟ ਪਲੇਸਿਸ ਟੂਰਿਜ਼ਮ ਵਾਸਤੇ ਹੀ ਬਣੇ ਹੈ। ਲੇਕਿਨ ਕਰਨਾ ਕੀ ਹੈ ਕਿ ਉਹਨਾਂ ਨੇ ਧਿਆਨ ਰੱਖਣਾ ਥੋੜ੍ਹਾ ਜਿਹਾ ਇਨਵਾਇਰਮੈਂਟ ਕੰਜ਼ਰਵ ਵੀ ਰਹੇ ਅਤੇ ਜਿਹੜੇ ਉੱਥੋਂ ਦੇ ਲੋਕਲ ਕਮਿਊਨਿਟੀਜ਼ ਹੈਗੀਆਂ ਨੇ, ਠੀਕ ਹੈ, ਉਹਨਾਂ ਦਾ ਸੋਸ਼ਲ ਅਤੇ ਇਕਨੋਮਿਕਲ ਵੈਲਬੀਂਗ ਵੀ ਹੋਵੇ ਅਤੇ ਪੰਜਾਬ ਦੀ ਜਿਹੜੀ ਓਵਰਆਲ ਇਕੋਨਮੀ ਦੇ ਵਿੱਚ ਹੈਗਾ ਉਹਦਾ ਇੱਕ ਪੋਜ਼ੀਟਿਵ ਇੰਪੈਕਟ ਦੇਖਣ ਨੂੰ ਮਿਲੇ, ਕਲੀਅਰ। ਉਸ ਤੋਂ ਬਾਅਦ ਦੇਖੋ, ਇਹ ਨਹੀਂ ਹੈ ਕਿ ਇੰਡੀਆ ਦੇ ਵਿੱਚ ਲੋਸ ਦੀ ਕਮੀ ਹੈ। ਦੇਖੋ, ਕੋਈ ਵੀ ਚੀਜ਼ ਤੁਸੀਂ ਕਰਨਾ ਚਾਹ ਰਹੇ ਹੋ ਤਾਂ ਲੋਸ ਤਾਂ ਤੁਹਾਨੂੰ ਬਣਾਉਣੇ ਹੀ ਪੈਣਗੇ, ਠੀਕ ਹੈ, ਰੈਗੂਲੇਸ਼ਨਸ ਤਾਂ ਬਣਾਉਣੀਆਂ ਹੀ ਪੈਣਗੀਆਂ, ਲੇਕਿਨ ਲੋਜ਼ ਬਣਨ ਤੋਂ ਬਾਅਦ ਉਹਨਾਂ ਨੂੰ ਇੰਪਲੀਮੈਂਟ ਪ੍ਰੋਪਰ ਤਰੀਕੇ ਨਾਲ ਕਰਵਾਉਣਾ ਹੈ, ਠੀਕ ਹੈ। ਕਾਫੀ ਸਾਰੇ ਲੋਜ਼ ਬਣੇ ਹੋਏ ਹੈ ਗੌਰਮੈਂਟ ਦੇ, ਅਗਰ ਲੋਜ਼ ਦੀ ਕਰੋ, ਕੋਸਟਲ ਏਰੀਆਜ਼ ਨੂੰ ਪ੍ਰਿਜ਼ਰਵ ਕਰਨ ਲਈ ਕੋਸਟਲ ਏਰੀਆ ਰੈਗੂਲੇਸ਼ਨ ਜ਼ੋਨਸ ਬਣੇ ਹੋਏ, ਤਾਂ ਲੋਜ਼ ਕਾਫੀ ਹੈ, ਠੀਕ ਹੈ। ਲਾਈਕ ਜਿਹੜਾ ਆਪਣਾ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਹੁੰਦਾ ਜੀ, ਠੀਕ ਹੈ, ਅਤੇ ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਉਹਦੇ ਦੇਖਦੇ ਹੀ ਰਹਿੰਦੇ ਨੇ ਕਿ ਕੋਈ ਬੰਦਾ ਐਵੇਂ ਦੀ ਕੋਈ ਐਕਟੀਵਿਟੀ ਤਾਂ ਨਹੀਂ ਕਰ ਰਿਹਾ ਜਿਹਦੇ ਨਾਲ ਇਨਵਾਇਰਮੈਂਟ ਦੀ ਇੰਪੈਕਟ ਜਿਹੜਾ ਹੈਗਾ ਬੈਡ ਹੈ। ਲੇਕਿਨ ਲੋਜ਼ ਬਣ ਗਏ, ਲੇਕਿਨ ਉਹਨਾਂ ਨੂੰ ਇੰਪਲੀਮੈਂਟ ਕਰਵਾਉਣਾ ਬੜਾ ਇੰਪੋਰਟੈਂਟ ਹੈ। ਐਜ਼ ਆ ਡਾਇਰੈਕਟਰ ਟੂਰਿਜ਼ਮ, ਅਸੀਂ ਇਸ ਚੀਜ਼ 'ਤੇ ਬੜਾ ਧਿਆਨ ਦੇਵਾਂਗੇ ਕਿ ਇੰਪਲੀਮੈਂਟੇਸ਼ਨ ਜਿਹੜੀ ਹੈਗੀ ਹੈ ਕਿ ਉਹ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ। ਸਟ੍ਰੈਟੇਜਾਈਜ਼ ਕਰਨੀ ਹੈ ਨਿਊ ਪੋਲਿਸੀਜ਼ ਟੂ ਇੰਪਲੀਮੈਂਟ ਦਾ ਇਨਵਾਇਰਮੈਂਟਲ ਲੋਅ। ਦੇਖੋ, ਨਿਊ ਪੋਲਿਸੀਜ਼ ਦਾ ਕੀ ਮਤਲਬ ਹੈ? ਦੇਖੋ, ਜਦੋਂ ਕਿਸੇ ਬੰਦੇ ਨੂੰ ਲੋਅ ਯੂ ਕੈਨ ਸੇ ਕਿ ਅਬਾਈਡ ਕਰਨ ਲਈ ਕਿਹਾ ਜਾਂਦਾ ਕਿ ਤੁਸੀਂ ਲੋਜ਼ ਫੋਲੋ ਕਰੋ, ਤਾਂ ਦੋ ਤਰੀਕੇ ਨੇ, ਇੱਕ ਹੁੰਦਾ ਸਟ੍ਰਿਕਟ ਮੈਥਡ, ਇੱਕ ਹੁੰਦਾ ਸੋਫਟ ਮੈਥਡ। ਤਾਂ ਜਦੋਂ ਸਟ੍ਰਿਕਟਨੈਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਪੀਪਲ ਉਹਦਾ ਅਪੋਜ਼ ਕਰਨਾ ਸਟਾਰਟ ਕਰਦੇ ਹਨ, ਠੀਕ ਹੈ। ਤਾਂ ਮੈਥਡ ਐਵੇਂ ਦਾ ਅਪਣਾਉਣਾ ਹੈ ਕਿ ਲੋਕ ਆਟੋਮੈਟਿਕਲੀ ਬਿਹੇਵੀਅਰ ਚੇਂਜ ਉਹਨਾਂ ਦਾ ਹੋਵੇ ਅਤੇ ਉਹ ਕੀ ਹੋਵੇ, ਲਾਅ ਅਬਾਈਡਿੰਗ ਪੀਪਲਸ ਹੋ ਜਾਣ ਔਰ ਡਿਊਟੀ ਮੰਨ ਕੇ ਚੱਲਣ, ਠੀਕ ਹੈ। ਆਪਣੀ ਕਿ ਆਪਾਂ ਨੂੰ ਇਸ ਨੈਚੁਰਲ ਐਸੈਟ ਨੂੰ ਕੰਜ਼ਰਵ ਕਰਨਾ ਚਾਹੀਦਾ ਹੈ। ਹੋਊਗਾ ਕਦੋਂ ਇਹ ਬਿਹੇਵੀਅਰ ਚੇਂਜ? ਜਦੋਂ ਉਹਨਾਂ ਨੂੰ ਇਹ ਲੱਗੂ ਕਿ ਅਗਰ ਅਸੀਂ ਇਸ ਚੀਜ਼ ਨੂੰ ਅੱਜ ਹਾਰਮ ਕਰਦੇ ਹਾਂ ਤਾਂ ਠੀਕ ਹੈ, ਉਹੀ ਚੀਜ਼ ਸਾਨੂੰ ਕੱਲ੍ਹ ਨੂੰ ਹਾਰਮ ਕਰੇਗੀ, ਸਮਝ ਲਓ। ਅੱਜ ਆਪਾਂ ਵਾਟਰ ਕੰਜ਼ਰਵ ਨਹੀਂ ਕਰ ਰਹੇ ਤਾਂ ਇਨ ਫਿਊਚਰ ਵਾਟਰ ਮਿਲਣਾ ਹੀ ਬੰਦ ਹੋ ਜਾਣਾ, ਠੀਕ ਹੈ, ਗੰਦਾ ਪਾਣੀ ਮਿਲਣ ਲੱਗ ਜਾਣਾ ਕਿਸੇ ਏਰੀਆ ਦੇ ਵਿੱਚ। ਤਾਂ ਉਸ ਤਰੀਕੇ ਨਾਲ ਜਿਹੜਾ ਹੈਗਾ ਇੰਪਲੀਮੈਂਟੇਸ਼ਨ ਆਫ ਇਨਵਾਇਰਮੈਂਟਲ ਲਾਸ ਕਰਨੀ ਹੈ। ਸਟ੍ਰਿਕਟਰ ਮੈਥਡ ਤਾਂ ਹੁੰਦੇ ਹੀ ਹੈ, ਦੇਖੋ ਸਟ੍ਰਿਕਟਰ ਮੈਥਡ ਦੇ ਵਿੱਚ ਆਪਾਂ ਜ਼ਿਆਦਾ ਕੁਛ ਇੱਥੇ ਮੈਂ ਗੱਲ ਕਰਾਂਗਾ। ਰਿਡਿਊਸ ਹਿਊਮਨ ਵਾਈਲਡ ਲਾਈਫ ਕੋਨਫਲਿਕਟ, ਬੇਸਿਕਲੀ ਐਕਚੁਅਲੀ ਅਗਰ ਇਹ ਮੈਂ ਡਾਇਰੈਕਟ ਪੁਆਇੰਟ ਦੀ ਗੱਲ ਕਰਾਂ ਤਾਂ ਇਹਦਾ ਇਕੋ ਟੂਰਿਜ਼ਮ ਨਾਲ ਐਸੇ ਕੋਈ ਲੈਣਾ ਦੇਣਾ ਨਹੀਂ ਹੈ। ਲੇਕਿਨ
ਜਦੋਂ ਕੋਈ ਵੀ ਟੂਰਿਸਟ ਪਲੇਸ ਮੈਂ ਨੈਚੁਰਲ ਦੀ ਗੱਲ ਕਰਦਾ, ਜਿਵੇਂ ਮੰਨ ਲਓ ਕਿਸੇ ਏਰੀਆ ਦੇ ਵਿੱਚ ਕੋਈ ਬਾਇਓਸਫੀਅਰ ਰਿਜ਼ਰਵ ਬਣਿਆ ਹੋਇਆ, ਚਲੋ ਪੰਜਾਬ ਦੇ ਵਿੱਚ ਤਾਂ ਨਹੀਂ ਹੈਗਾ ਸੱਚ ਕੋਈ, ਠੀਕ ਹੈ, ਕੋਈ ਕੰਮਿਊਨਿਟ ਰਿਜ਼ਰਵਸ ਬਣੇ ਹੋਏ ਆ, ਨੈਸ਼ਨਲ ਪਾਰਕਸ ਹੈਗੇ ਆ, ਸੈਂਚੁਰੀਜ਼ ਹੈ, ਤਾਂ ਉੱਥੇ ਮੰਨ ਲਓ ਕੋਈ ਵਾਈਲਡ ਲਾਈਫ ਕਨਫਲਿਕਟ ਹੁੰਦਾ, ਮੰਨ ਲਓ ਟਾਈਗਰਸ ਦਾ ਹਿਊਮਨ ਏਰੀਆ ਦੇ ਵਿੱਚ, ਠੀਕ ਹੈ, ਜਿੱਥੇ ਲੋਕ ਰਹਿ ਰਹੇ ਹੈ, ਐਲੀਫੈਂਟਸ ਦਾ ਹੈ, ਤਾਂ ਉੱਥੇ ਕੀ ਹੈ ਕਿ ਉਹਨਾਂ ਨੂੰ ਦੂਰ ਰੱਖਣ ਲਈ ਕੋਈ ਐਵੇਂ ਦਾ ਮੈਥਡ ਨਾ ਅਪਣਾਇਆ ਜਾਵੇ ਜਿਸ ਦਾ ਉਸ ਦੀ ਪਾਪੂਲੇਸ਼ਨ ਦੇ ਉੱਤੇ ਬੈਡ ਇੰਪੈਕਟ ਪਵੇ ਜਾਂ ਇਨਵਾਇਰਮੈਂਟ ਦੇ ਉੱਤੇ ਬੈਡ ਇੰਪੈਕਟ ਪਵੇ। ਇੱਥੇ ਇਗਜ਼ਾਮਪਲ ਦੇ ਤੌਰ ਦੇ ਉੱਤੇ ਹੁਣ ਲਾਈਕ ਤੁਹਾਨੂੰ ਕਰੰਟ ਦੀ ਨੌਲੇਜ ਹੋਣੀ ਚਾਹੀਦੀ ਕਿ ਕੁਮਕੀ ਐਲੀਫੈਂਟਸ ਦਾ ਯੂਜ਼ ਕੀਤਾ ਜਾ ਰਿਹਾ ਜੀ। ਐਕਚੁਲੀ ਕੁਮਕੀ ਐਲੀਫੈਂਟਸ ਕੀ ਨੇ? ਇੱਕ ਟੋਏ ਐਲੀਫੈਂਟ ਹੈ, ਇਹ ਕੋਈ ਓਰੀਜਨਲ ਐਲੀਫੈਂਟਸ ਨਹੀਂ ਹੈ, ਲਾਈਵ ਐਲੀਫੈਂਟਸ ਨਹੀਂ ਹੈ, ਟੋਏ ਐਲੀਫੈਂਟਸ ਹੈ ਜਿਹੜੇ ਹਾਥੀਆਂ ਦੇ ਝੁੰਡ ਨੂੰ ਲੀਡ ਕਰਕੇ ਕਿਸੇ ਦੂਜੀ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਂਦੇ ਹੈ। ਇਹ ਐਲੀਫੈਂਟ ਅਟਰੈਕਟਿਵ ਹੈ, ਉਹ ਐਲੀਫੈਂਟਸ ਜਦੋਂ ਹੀ ਹਿਊਮਨ ਏਰੀਆ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦੇ ਆ, ਇਹਨਾਂ ਨੂੰ ਦੂਜੀ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਣ ਦਾ ਕੰਮ ਕਰਦਾ, ਤਾਂ ਵਾਈਲਡ ਲਾਈਫ ਕੋਨਫਲਿਕਟ ਨੂੰ ਰਿਡਿਊਸ ਕਰਨ ਲਈ ਆਪਾਂ ਕੀ ਹੈ ਐਵੇਂ ਦੇ ਤਰੀਕੇ ਅਪਣਾਵਾਂਗੇ, ਠੀਕ ਹੈ। ਉਸ ਤੋਂ ਬਾਅਦ ਇੰਪੋਰਟੈਂਟ ਜਿਹੜਾ ਹੈਗਾ ਜੀ ਚੈਨਲਾਈਜ਼ ਫੰਡਸ। ਇੰਪੋਰਟੈਂਟ ਗੱਲ ਕੀ ਹੈ ਜੀ, ਦੇਖੋ ਜਿੰਨੇ ਵੀ ਇਹ ਚੀਜ਼ਾਂ ਹੈਗੀਆਂ ਨੇ ਤੁਹਾਨੂੰ ਪੁਆਇੰਟ ਵਾਈਜ਼ ਅਗਰ ਤੁਸੀਂ ਲਿਖੋਗੇ ਨਾ, ਕਿਸੇ ਇਗਜ਼ਾਮਿਨਰ ਕੋਲ ਕੋਈ ਇੰਨਾ ਟਾਈਮ ਨਹੀਂ ਹੈ ਕਿ ਤੁਹਾਡੀ 1-to-1 ਵਰਡ ਨੂੰ ਪੜ੍ਹ ਲਈ, ਉੱਥੇ ਪੋਸੀਬਲ ਹੀ ਨਹੀਂ ਹੈ ਇਹ ਚੀਜ਼। ਟਾਈਮ ਸਟ੍ਰੈਸ ਕਿਸ ਦੇ ਉੱਤੇ ਰੱਖਣਾ? ਮੇਨ ਸਬ ਹੈਡਿੰਗ ਦੇ ਉੱਤੇ। ਦੈਨ ਅਗਰ ਤੁਸੀਂ ਕੋਈ ਵੀ ਪੁਆਇੰਟ ਨੂੰ ਅੰਡਰਲਾਈਨ ਕਰਨਾ ਚਾਹੁੰਦੇ ਹੋ, ਲਾਈਕ ਮੈਂ ਗੌਰਮੈਂਟਲ ਏਜੰਸੀਜ਼ ਨੂੰ ਅੰਡਰਲਾਈਨ ਕਰਨਾ, ਤਾਂ ਐਵੇਂ ਲਿਖੂੰਗਾ। ਅਤੇ ਇਹ ਨਹੀਂ ਹੈ ਕਿ ਤੁਸੀਂ ਇੱਕ ਪੁਆਇੰਟ ਦੇ ਵਿੱਚ 10-10 ਪੁਆਇੰਟ ਅੰਡਰਲਾਈਨ ਕਰ ਰਹੇ ਹੋ, ਠੀਕ ਹੈ ਜੀ, ਜ਼ਿਆਦਾ ਤੋਂ ਜ਼ਿਆਦਾ 1 ਜਾਂ 2 ਬਸ ਅੰਡਰਲਾਈਨ ਕਰੋਗੇ ਸਪੈਸੀਫਿਕ, ਅਤੇ ਐਗਜ਼ਾਮੀਨਰ ਨੇ ਬਸ ਉਹੀ ਪੜ੍ਹਨਾ, ਉਸ ਤੋਂ ਬਾਅਦ ਤੁਹਾਨੂੰ ਟਿੱਕ ਕਰਨੇ ਮਾਰਕਸ ਦੇਣੇ। ਲਾਈਨ ਟੂ ਲਾਈਨ ਤੁਹਾਡਾ ਕੋਈ ਵੀ ਆਂਸਰ ਨਹੀਂ ਪੜੇਗਾ, ਤਾਂ ਵੈਸੇ ਵੀ ਇੰਨੀਆਂ ਚੀਜ਼ਾਂ ਲਿਖਣ ਦਾ ਟਾਈਮ ਤੁਹਾਡੇ ਕੋਲ ਨਹੀਂ ਹੈ। ਹਾਊ ਟੂ ਅਟੈਂਪਟ ਦਾ ਪੇਪਰ, ਕਿੰਨਾ ਟਾਈਮ ਇੱਕ ਕੁਐਸਚਨ ਨੂੰ ਕਰਨ ਲੱਗੇ ਲੈਣਾ, ਜਦੋਂ ਪੇਪਰ ਤੁਹਾਡੇ ਹੱਥ ਦੇ ਵਿੱਚ ਆਉਂਦਾ ਤਾਂ ਕਿਵੇਂ ਸਟ੍ਰੈਟੇਜਾਈਜ਼ ਕਰਨਾ, ਕਿੰਨੇ ਮਿੰਟ ਪਹਿਲਾਂ ਜਿਹੜੇ ਹੈਗਾ ਪੇਪਰ ਪੜ੍ਹਨ ਨੂੰ ਦੇਣੇ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਤੁਹਾਨੂੰ ਟਾਈਮ ਟੂ ਟਾਈਮ ਹੀ ਪਤਾ ਲੱਗਣਗੀਆਂ, ਠੀਕ ਹੈ। ਬੇਸਿਕਲੀ ਇਸ ਕੁਐਸਚਨ ਦੀ ਡਿਸਕਸ਼ਨ ਦੇ ਥਰੂ ਅਸੀਂ ਇਹ ਚੀਜ਼ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਦੋਂ ਤੁਸੀਂ ਅੰਡਰ ਗਾਈਡੈਂਸ ਕੰਮ ਕਰਦੇ ਹੋ ਨਾ, ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ। ਪਹਿਲਾਂ ਮੈਂ ਕੁਐਸਚਨ ਕੰਪਲੀਟ ਕਰ ਰਹਾ, ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ। ਚੈਨਲਾਈਜ਼ ਫੰਡਸ, ਦੇਖੋ ਹੁੰਦਾ ਕੀ ਹੈ ਕਿ ਜਦੋਂ ਕੋਈ ਵੀ ਚੀਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਆਪਾਂ ਇਹ ਮੰਨਦੇ ਕਿ ਗੌਰਮੈਂਟ ਇਕੱਲੀ ਜਿਹੜੀ ਹੈਗੀ ਉਹ ਚੀਜ਼ ਨਹੀਂ ਕਰ ਸਕਦੀ, ਐਨ ਜੀ ਓਜ਼ ਦਾ ਸਾਥ ਮਿਲਣਾ ਚਾਹੀਦਾ ਹੈ। ਲਾਈਕ ਤੁਸੀਂ ਸੁਣਿਆ ਹੋਵੇ ਕਿ ਇੱਕ CSR ਐਕਟੀਵਿਟੀਜ਼ ਕਰਦੀਆਂ ਨੇ ਜੀ ਪ੍ਰਾਈਵੇਟ ਕੰਪਨੀਜ਼, 2% ਇਕਨੋਮੀ ਦਾ ਪੁਆਇੰਟ ਹੈ ਜੀ, ਕਿ ਮੰਨ ਲਓ ਤੁਸੀਂ ਪ੍ਰੋਫਿਟ ਜਿੰਨਾ ਕਮਾ ਰਹੇ ਹੋ ਉਹਦਾ 2% ਜਿਹੜਾ ਹੈਗਾ ਸੋਸ਼ਲ ਐਕਟੀਵਿਟੀਜ਼ ਲਈ ਤੁਸੀਂ ਖਰਚ ਕਰੋਗੇ। ਤਾਂ ਇਸ ਤਰ੍ਹਾਂ ਦੇ ਜਿਹੜੇ ਫੰਡਸ ਹੁੰਦੇ ਨੇ, ਪੈਸਾ ਚਾਹੀਦਾ ਹਰ ਇੱਕ ਚੀਜ਼ ਲਈ, ਮਨੀ ਤਾਂ ਚਾਹੀਦੀ ਹੈ ਜੋ ਤੁਸੀਂ ਕੁਛ ਕਰਨ ਦੀ ਕੋਸ਼ਿਸ਼ ਕਰਦੇ, ਤਾਂ ਇਹ ਨਾ ਹੋਵੇ ਕਿ ਜਿਹੜਾ ਫੰਡ ਹੈ ਡਿਫਰੈਂਟ ਡਿਫਰੈਂਟ ਜਗ੍ਹਾ ਦੇ ਉੱਤੇ ਉਹ ਸਪਰੈਡ ਹੋਇਆ ਹੋਇਆ ਹੈ। ਸਟੇਟ ਗੌਰਮੈਂਟ ਅਲੱਗ ਜਗ੍ਹਾ 'ਤੇ ਪੈਸਾ ਲਗਾ ਰਹੀ ਹੈ, ਸੈਂਟਰ ਗੌਰਮੈਂਟ ਅਲੱਗ ਜਗ੍ਹਾ 'ਤੇ ਪੈਸਾ ਲਗਾ ਰਹੀ ਹੈ, ਜਿਹੜੇ ਚੈਰੀਟੇਬਲ ਔਰਗਨਾਈਜੇਸ਼ਨ ਹੁੰਦੇ ਅਲੱਗ ਜਗ੍ਹਾ 'ਤੇ, ਨਹੀਂ। ਚੈਨਲਾਈਜ਼ ਕਰੋ ਫੰਡ ਨੂੰ, ਇੱਕ ਪੋਰਟਲ ਬਣਾਓ, ਇੱਕ ਵੈਬਸਾਈਟ ਬਣਾਓ ਕਿ ਸਾਰਾ ਪੈਸਾ ਜਿਹੜਾ ਇਨਵਾਇਰਮੈਂਟ ਨੂੰ ਪ੍ਰੋਟੈਕਟ ਕਰਨ ਲਈ ਆ ਰਿਹਾ ਇੱਕ ਜਗ੍ਹਾ 'ਤੇ ਆਵੇ। ਕੈਂਪਾ ਫੰਡ ਤੁਸੀਂ ਯੂਜ਼ ਕਰ ਸਕਦੇ ਹੋ, ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਚੀਜ਼ਾਂ ਤੁਹਾਨੂੰ ਯਾਦ ਆ ਰਹੀਆਂ ਐਜ਼ ਐਨ ਐਗਜ਼ਾਮਪਲ ਤੁਸੀਂ ਉਹਦੇ ਲਿਖ ਸਕਦੇ ਹੋ। ਤਾਂ ਉਸ ਚੀਜ਼ ਦਾ ਤੁਸੀਂ ਕੀ ਕਰੋਗੇ, ਚੈਨਲਾਈਜ਼ ਕਰਵਾਓਗੇ ਫੰਡ ਨੂੰ ਪ੍ਰੋਪਰ, ਸੋ ਦੈਟ ਕਿ ਉੱਥੋਂ ਅਸੀਂ ਫਿਰ ਜਦੋਂ ਪੋਲਿਸੀ ਬਣਾਵਾਂਗੇ ਤਾਂ ਉੱਥੋਂ ਪੈਸੇ ਜਿਹੜੇ ਹੈਗੇ ਖਰਚ ਕੀਤੇ ਜਾ ਸਕਣ, ਕਿਉਂਕਿ ਜਦੋਂ ਇੱਕ ਵੱਡੇ ਪ੍ਰੋਜੈਕਟ ਲਈ ਥੋੜ੍ਹੇ ਥੋੜ੍ਹੇ ਅਮਾਊਂਟ ਦੇ ਵਿੱਚ ਪੈਸੇ ਆ ਰਹੇ ਹੈ, ਠੀਕ ਹੈ, ਸਪਰੈਡ ਹੋ ਕੇ ਆ ਰਹੇ, ਤਾਂ ਪ੍ਰੋਪਰ ਸਕੀਮ ਜਿਹੜੀ ਹੈਗੀ ਇੰਪਲੀਮੈਂਟੇਸ਼ਨ ਹੋਣੀ ਪਏਗੀ। ਦੇਖੋ ਐਜ਼ ਆ ਡਾਇਰੈਕਟਰ ਟੂਰਿਜ਼ਮ ਪੋਲਿਸੀ ਬਣਾ ਰਹੇ ਹੋ, ਤਾਂ ਪੋਲਿਸੀ ਐਂਡ ਕਦੋਂ ਹੁੰਦੀ ਹੁੰਦੀ ਹੈ? ਦੇਖੋ ਪੋਲਿਸੀ ਲਗਾਤੀ ਬਣਾਤੀ, ਲੇਕਿਨ ਉਹਦਾ ਪ੍ਰੋਪਰ ਮੋਨੀਟਰਿੰਗ ਕਰਦੇ ਰਹੋਗੇ, ਪ੍ਰੋਪਰ ਉਹਦੀ ਵੈਲਿਊਏਸ਼ਨ ਅਤੇ ਪ੍ਰੋਪਰ ਫੀਡਬੈਕ। ਐਜ਼ ਆ ਪੋਲਿਸੀ ਮੇਕਿੰਗ ਤੁਹਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਜਿਹੜੇ ਪੋਲਿਸੀ ਮੇਕਰਸ ਹੁੰਦੇ ਨੇ ਅਤੇ ਪੋਲਿਸੀ ਜਿਹੜੀ ਹੁੰਦੀ ਹੈ ਕਿਵੇਂ ਚੱਲਦੀ ਹੈ, ਬਣਾਤੀ, ਇੰਪਲੀਮੈਂਟ ਕਰਤੀ, ਲੇਕਿਨ ਮੋਨੀਟਰ, ਇਵੈਲੂਏਟ ਅਤੇ ਫੀਡਬੈਕ ਉਹਦਾ ਲੈਂਦੇ ਰਹੋਗੇ। ਉਸ ਚੀਜ਼ ਲਈ ਤੁਸੀਂ ਕੀ ਕਰੋਗੇ, ਇੱਕ ਡੈਡੀਕੇਟਡ ਡੈਸ਼ਬੋਰਡ ਬਣਾ ਦੋਗੇ, ਠੀਕ ਹੈ ਨਾ। ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਗਵਰਨੈਂਸ ਕਿਵੇਂ ਕੰਮ ਕਰਦੀ ਹੈ, ਡੈਸ਼ਬੋਰਡਸ ਕੀ ਹੁੰਦੇ। ਓਕੇ, ਇਹ ਸੀਗਾ ਜੀ ਆਪਣਾ ਬੋਡੀ ਪਾਰਟ। ਨਾਓ ਕੰਕਲੂਡ ਕਰੋਗੇ, ਬਹੁਤ ਹੀ ਪ੍ਰੀਸਾਈਜ਼ ਕੰਕਲੂਡ ਕਰਨਾ,
ਜ਼ਿਆਦਾ ਵਰਡ ਤੁਸੀਂ ਇੱਥੇ ਲਿਖ ਨਹੀਂ ਸਕਦੇ, ਠੀਕ ਹੈ। ਡੈਜ਼ੀਗਨੇਟਡ ਇਕੋ ਟੂਰਿਜ਼ਮ ਡੈਸ਼ਬੋਰਡ ਉੱਪਰ ਵਾਲੇ ਪੁਆਇੰਟ ਦਾ ਕੰਕਲੂਡ ਕਿਵੇਂ ਕਰੋਗੇ? ਦੇਖੋ, ਇਕੋ ਟੂਰਿਜ਼ਮ ਦੇ ਵਿੱਚ ਕੀ ਹੈ, ਮੈਂ ਤੁਹਾਨੂੰ ਦੋ ਗੱਲਾਂ ਦੱਸ ਰਿਹਾ, ਨਾਲ ਨਾਲ ਟੂਰਿਜ਼ਮ ਨੂੰ ਵੀ ਪ੍ਰਮੋਟ ਕਰਨਾ, ਲੇਕਿਨ ਉਹ ਕੀ ਹੋਣਾ ਚਾਹੀਦਾ, ਇਨਵਾਇਰਮੈਂਟਲੀ ਸਸਟੇਨੇਬਲ ਹੋਣਾ ਚਾਹੀਦਾ। ਤਾਂ ਪੰਜਾਬ ਕੋਲ ਇੱਕ ਵਾਸਟ ਪੋਟੈਂਸ਼ੀਅਲ ਹੈ ਜੀ, ਠੀਕ ਹੈ, ਟੂਰਿਜ਼ਮ ਇੰਡਸਟਰੀ ਨੂੰ ਲੈ ਕੇ। ਇਹ ਜਦੋਂ ਤੁਸੀਂ ਇਕਨੋਮਿਕ ਸਰਵੇ ਪੜੋਗੇ ਤੁਹਾਨੂੰ ਉਦੋਂ ਪਤਾ ਚੱਲ ਜਾਏਗਾ ਕਿ ਟੂਰਿਜ਼ਮ ਇੰਡਸਟਰੀ ਦੀ ਪੰਜਾਬ ਦੇ ਵਿੱਚ ਕੀ ਇੰਪੋਰਟੈਂਸ ਹੈ। ਐਂਡ ਫਰੋਮ ਦਾ ਅਬਵ ਮੈਂਸ਼ਨ ਪੁਆਇੰਟਸ, ਵੀ ਕੈਨ ਪ੍ਰਮੋਟ ਪੰਜਾਬ ਐਜ਼ ਅ ਇਕੋ ਟੂਰਿਜ਼ਮ ਹੱਬ। ਉੱਪਰ ਜਿਹੜੇ ਮੈਂਸ਼ਨ ਪੁਆਇੰਟਸ ਨੇ, ਅਸੀਂ ਉਹਦੇ ਨਾਲ ਇਕੋ ਟੂਰਿਜ਼ਮ ਹੱਬ ਬਣਾ ਸਕਦੇ ਹਾਂ, ਠੀਕ ਹੈ, ਜਿਹਦੇ ਨਾਲ ਕੀ ਹੋਊ, ਲੋਕਲ ਕਮਿਊਨਿਟੀ ਨੂੰ ਵੀ ਬੈਨੀਫਿਟ ਮਿਲਣਾ, ਇਨਵਾਇਰਮੈਂਟ ਨੂੰ ਵੀ ਪੋਜ਼ਿਟਿਵ ਵੇ ਨਾਲ ਬੈਨੀਫਿਟ ਮਿਲਣਾ, ਠੀਕ ਹੈ ਜੀ। ਚਲੋ, ਇਹ ਕੁਸ਼ਚਨ ਦਾ ਆਪਣਾ ਐਂਡ ਹੋ ਗਿਆ। ਨਾਓ ਬੇਸਿਕਲੀ ਮੈਂ ਤੁਹਾਨੂੰ ਇੱਕ ਚੀਜ਼ ਹੋਰ ਇਹਦੇ ਵਿੱਚ ਦੱਸਣੀ ਸੀ ਕਿ ਜਦੋਂ ਕੁਸ਼ਚਨ ਤੁਹਾਡੇ ਸਾਹਮਣੇ ਆ ਰਿਹਾ, ਤੁਸੀਂ ਕਿੰਨਾ ਟਾਈਮ ਉਸਨੂੰ ਥਿੰਕ ਕਰਨ ਲਈ ਲੈਣਾ, ਕਿੰਨਾ ਟਾਈਮ ਉਸਨੂੰ ਰਾਈਟ ਕਰਨ ਲਈ ਲੈਣਾ। ਬੇਸਿਕਲੀ ਹੁੰਦਾ ਕੀ ਹੈ ਕਿ ਮੰਨ ਲਓ ਦੇਅਰ ਆਰ 20 ਕੁਸ਼ਚਨ, ਪੇਪਰ ਦੇ ਵਿੱਚ 20 ਕੁਸ਼ਚਨ ਹੋਣਗੇ ਜੀ। ਸਟਾਰਟਿੰਗ ਦੇ ਵਿੱਚ ਕੀ ਹੋ ਜਾਣਾ ਚਾਹੀਦਾ ਤੁਹਾਡਾ, 10 ਮਿੰਟਸ ਦੇ ਵਿੱਚ, ਮੰਨ ਲਓ ਮੈਕਸੀਮਮ 10 ਮਿੰਟਸ ਨੇ, ਪ੍ਰੋਪਰ ਟਾਈਮ ਸ਼ੁਰੂ ਹੋਣ ਤੋਂ ਪਹਿਲਾਂ ਪੇਪਰ ਡਿਸਟ੍ਰੀਬਿਊਟ ਹੋ ਜਾਂਦਾ ਹੁੰਦਾ, ਲੇਕਿਨ ਪੰਜਾਬ PCS ਦੇ ਵਿੱਚ ਜਿਹੜਾ ਹੈਗਾ ਡਿਪੈਂਡ ਕਰਦਾ ਐਗਜ਼ਾਮੀਨਰ ਜਿਹੜਾ ਹੈਗਾ ਉੱਥੇ ਕਿਹੜਾ ਲੈ ਰਿਹਾ ਪੇਪਰ ਤੁਹਾਡਾ। UPSC ਦੇ ਵਿੱਚ ਪ੍ਰੋਪਰ 10 ਮਿੰਟਸ ਪਹਿਲਾਂ ਡਿਸਟ੍ਰੀਬਿਊਟ ਹੋ ਜਾਂਦਾ, ਤੁਹਾਨੂੰ ਪੇਪਰ ਪੜ੍ਹਨ ਲਈ ਟਾਈਮ ਮਿਲ ਜਾਂਦਾ, ਲੇਕਿਨ PCS ਦੇ ਵਿੱਚ ਥੋੜ੍ਹਾ ਜਿਹਾ ਇਹ ਪ੍ਰੋਬਲਮ ਜਦੋਂ ਅਸੀਂ ਐਗਜ਼ਾਮ ਦਿੱਤਾ ਤਾਂ ਸੀਗੀ, ਪ੍ਰੋਪਰ ਹੀ ਟਾਈਮ ਦੇ ਉੱਤੇ ਡਿਸਟ੍ਰੀਬਿਊਟ ਕਰਦੇ ਸੀ। ਤਾਂ 10 ਮਿੰਟ ਮੈਕਸੀਮਮ ਹੈ ਜੀ, ਠੀਕ ਹੈ, 10 ਮਿੰਟ ਮੈਂ ਜ਼ਿਆਦਾ ਕਹਿਤੇ, ਇਹਨਾਂ ਨੇ ਲੈਣਾ ਨਹੀਂ ਹੈ ਟਾਈਮ। ਕੁਇਕ ਗੋ ਥਰੂ ਕਰਨਾ, ਤੁਸੀਂ ਪਹਿਲਾ ਕੁਸ਼ਚਨ ਪੜ੍ਹਿਆ ਲਿਖ ਸਕਦੇ ਹੋ ਇਹਦੇ ਉੱਤੇ, ਠੀਕ ਹੈ, ਤਾਂ ਟਿੱਕ ਕਰੋਗੇ ਜਾਂ ਇੱਕ ਛੋਟਾ ਜਿਹਾ ਸਟਾਰ ਬਣਾ ਲਓਗੇ। ਤੁਹਾਨੂੰ ਲੱਗਦਾ ਕਿ ਇਹ ਕੁਸ਼ਚਨ ਬਿਲਕੁਲ ਹੀ ਆਊਟ ਆਫ ਦਾ ਨੌਲੇਜ ਹੈ, ਕੁਛ ਲਿਖ ਨਹੀਂ ਪਾਓਗੇ, ਤੁਹਾਨੂੰ ਨਹੀਂ ਟਿੱਕ ਕਰਨਾ, ਐਵੇਂ ਤੁਸੀਂ ਸਾਰੇ ਕੁਸ਼ਚਨ ਦੇ ਉੱਤੇ ਜਿਹੜਾ ਬਹੁਤ ਹੀ ਬੈਸਟ ਲਿਖ ਸਕਦੇ ਹੋ ਤੁਸੀਂ ਉਹਨੂੰ ਡਬਲ ਸਟਾਰ ਮਾਰਕ ਕਰ ਲਓ, ਉਸ ਤੋਂ ਵੀ ਬੈਸਟ ਲਿਖ ਸਕਦੇ ਹੋ ਟ੍ਰਿਪਲ ਸਟਾਰ ਮਾਰਕ, ਨਾਲ ਕਰੀ ਚੱਲੋ ਕਿ ਕਿਹੜਾ ਕਰਨਾ। ਲਾਈਕ ਹੁਣ ਤੁਸੀਂ ਦੇਖਣਾ ਯਾਰ ਕਿ ਮੰਨ ਲਓ ਮੈਂ 2 ਜਾਂ 3 ਕੁਸ਼ਚਨ ਐਵੇਂ ਜਿਹਦੇ ਉੱਤੇ ਜ਼ਿਆਦਾ ਕੁਛ ਲਿਖ ਹੀ ਨਹੀਂ ਸਕਦਾ, ਤਾਂ ਤੁਸੀਂ ਇਹਨਾਂ ਕੁਸ਼ਚਨਸ ਨੂੰ ਟਾਈਮ ਨਹੀਂ ਦਿਓਗੇ, ਠੀਕ ਹੈ। ਇਹਨਾਂ ਦਾ ਟਾਈਮ ਸਪੋਜ਼ ਕਰੋ, ਮੰਨ ਲਓ ਆਪਾਂ ਨੂੰ 3 ਆਵਰ ਮਿਲਦੇ ਹਾਂ, 180 ਮਿੰਟਸ ਮਿਲਦੇ ਆ, 10 ਮਿੰਟਸ ਮੈਨੂੰ ਪਹਿਲਾਂ ਮਾਈਨਸ ਕਰਤੇ, 170 ਮਿੰਟ ਦੇ ਵਿੱਚ ਅਗਰ ਤੁਸੀਂ 20 ਕੁਸ਼ਚਨ ਲਿਖਣਾ ਤਾਂ 170 ਨੂੰ 20 ਨਾਲ ਡਿਵਾਈਡ ਨਹੀਂ ਕਰੋਗੇ, 3 ਕੁਸ਼ਚਨ ਜਿਹੜੇ ਹੈਗੇ ਤੁਸੀਂ ਉਹਦੇ ਬਾਰੇ ਜ਼ਿਆਦਾ ਕੁਛ ਲਿਖੋਗੇ ਨਹੀਂ, ਤਾਂ ਉਹਨੂੰ ਸਮ ਅਪ ਕਰੋਗੇ ਜ਼ਿਆਦਾ ਤੋਂ ਜ਼ਿਆਦਾ 2-3-4 ਮਿੰਟ ਲਾਸਟ ਦੇ ਵਿੱਚ ਜਾ ਕੇ, 10 ਮਿੰਟ ਦੇ ਵਿੱਚ 3 ਕੁਸ਼ਚਨ ਤੁਹਾਡੇ ਹੋ ਜਾਣੇ ਚਾਹੀਦੇ, ਕਿਉਂਕਿ ਤੁਸੀਂ ਉਹਦੇ 'ਚ ਲਿਖ ਹੀ ਨਹੀਂ ਸਕਦੇ। ਤਾਂ ਟਾਈਮ ਲੈ ਕੇ ਜਸਟ ਬੀਟਿੰਗ ਅਰਾਊਂਡ ਦਾ ਬੁਸ਼ ਕਰਨ ਦਾ ਕੋਈ ਮਤਲਬ ਨਹੀਂ ਹੈ। ਇਸ ਤੋਂ ਬੈਟਰ ਹੋਊਗਾ ਕਿ ਜਿਹੜਾ ਕੁਸ਼ਚਨ ਤੁਹਾਨੂੰ ਬੈਸਟ ਤਰੀਕੇ ਨਾਲ ਆਉਂਦਾ ਉਹਦੇ 'ਚ ਥੋੜ੍ਹਾ ਟਾਈਮ ਦਿਓ, ਉਹਨੂੰ ਸਟਰਕਚਰਾਈਜ਼ ਕਰੋ, ਔਰਗੇਨਾਈਜ਼ ਕਰੋ ਉਸ ਚੀਜ਼ ਨੂੰ ਲਿਖਣ ਲਈ। ਦੇਖੋ, ਇੱਕ ਕੁਸ਼ਚਨ ਦੇ ਵਿੱਚ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਨਹੀਂ ਦੱਸ ਸਕਦਾ, ਟਾਈਮ ਟੂ ਟਾਈਮ ਜਿਹੜੀ ਹੈਗੀ ਚੀਜ਼ਾਂ ਦੱਸਦੇ ਰਹਾਂਗੇ, ਪ੍ਰੀਵੀਅਸ ਇਅਰ ਕੁਸ਼ਚਨਸ ਕੰਪਲੀਟ ਡਿਸਕਸ ਕਰ ਦਾਂਗੇ ਤੁਹਾਡੇ ਨਾਲ, ਇਸ ਤੋਂ ਇਲਾਵਾ ਇਨ ਫਿਊਚਰ ਕਿਸ ਟਾਈਪ ਦੇ ਕੁਸ਼ਚਨਸ ਕਰੰਟ ਅਫੇਅਰਸ ਨੂੰ ਲੈ ਕੇ ਬਣਨਗੇ, ਠੀਕ ਹੈ। ਪ੍ਰਿਡਿਕਟ ਕਰਨਾ ਬਹੁਤ ਆਸਾਨ ਹੈ, ਮੇਨਸ ਦੇ ਪੇਪਰ ਨੂੰ ਪ੍ਰਿਡਿਕਟ ਕਰਨਾ ਬਹੁਤ ਆਸਾਨ ਹੈ, ਕੁਛ ਏਰੀਆਜ਼ ਨੂੰ ਛੱਡ ਕੇ, ਲਾਈਕ ਆਰਟ ਐਂਡ ਕਲਚਰ ਦੇ ਉੱਤੇ ਕੀ ਪਾ ਦੇਣ, ਉਹਨੂੰ ਪ੍ਰਿਡਿਕਟ ਕਰਨਾ ਇੰਨਾ ਸੌਖਾ ਨਹੀਂ ਹੈ। ਕਰੰਟ ਦੇ ਵਿੱਚੋਂ ਕੀ ਕੁਸ਼ਚਨ ਬਣੂਗਾ ਬਹੁਤ ਈਜ਼ੀ, ਤਾਂ ਉਹਦੀ ਪ੍ਰੈਕਟਿਸ, ਅਤੇ ਪ੍ਰੈਕਟਿਸ ਸਭ ਤੋਂ ਜ਼ਿਆਦਾ ਕਿਸ ਚੀਜ਼ ਦੀ ਹੋਣੀ ਚਾਹੀਦੀ ਹੈ, ਪੁਆਇੰਟ ਫੋਰਮੇਸ਼ਨ ਦੀ। ਨੌਲੇਜ ਤੁਹਾਨੂੰ ਬਹੁਤ ਹੋਊਗੀ, ਆਹ ਜਿਹੜਾ ਪੁਆਇੰਟ ਬਣਿਆ ਹੋਇਆ ਨਾ, ਰਿਵੀਲ ਐਕਸਪਲੋਇਟੇਟਿਵ ਨੇਚਰ ਆਫ ਬ੍ਰਿਟਿਸ਼ ਰੂਲ, ਲਾਈਕ ਅਗਲਾ ਕੁਸ਼ਚਨ ਡਿਸਕਸ ਕਰਾਂਗੇ। ਤਾਂ ਤੁਸੀਂ ਕੁਸ਼ਚਨ ਦਾ ਜਿਹੜਾ ਮਤਲਬ ਕਿ ਸਟਾਰਟਿੰਗ ਜਦੋਂ ਕਰੋਗੇ ਤਾਂ ਪੁਆਇੰਟ ਫੋਰਮੇਸ਼ਨ, 10 ਮਾਰਕਰ ਕੁਸ਼ਚਨ ਹੈ ਤਾਂ 5 ਦੇ ਰਾਊਂਡ ਪੁਆਇੰਟ ਬਣਨੇ ਚਾਹੀਦੇ, 15 ਮਾਰਕਰ ਕੁਸ਼ਚਨ ਹੈ ਤਾਂ 8 ਜਿਹੜੇ ਪੁਆਇੰਟਸ ਹੈਗੇ ਮਿਨੀਮਮ ਬਣਨੇ ਚਾਹੀਦੇ ਆ, ਠੀਕ ਹੈ, ਉਸ ਤੋਂ ਬਾਅਦ ਤੁਸੀਂ ਐਕਸਟੈਂਡ ਕਰ ਸਕਦੇ ਹੋ ਤਾਂ ਠੀਕ ਹੈ। ਤਾਂ ਐਵੇਂ ਦੀਆਂ ਕੁਛ ਗੱਲਾਂ ਰੈਗੂਲਰ ਸੀਰੀਜ਼ ਦੇ ਵਿੱਚ ਚੱਲਣਗੀਆਂ ਜੀ। ਇੱਕ ਕੁਸ਼ਚਨ ਆਪਾਂ ਅੱਜ ਤੁਹਾਡੇ ਨਾਲ ਡਿਸਕਸ ਕੀਤਾ ਇਕੋ ਟੂਰਿਜ਼ਮ ਵਾਲਾ ਡੇ 2, ਅਤੇ ਕੰਟੀਨਿਊ ਰੱਖਾਂਗੇ ਜੀ ਸੀਰੀਜ਼, ਪ੍ਰੀਵੀਅਸ ਈਅਰ ਕੁਸ਼ਚਨ ਪਹਿਲਾਂ ਡਿਸਕਸ ਕਰਾਂਗੇ, ਦੈਨ ਉਸ ਤੋਂ ਬਾਅਦ ਪ੍ਰੈਕਟਿਸ ਕੁਸ਼ਚਨ, ਠੀਕ ਹੈ। ਅਗਰ ਕੋਈ ਸਟੂਡੈਂਟ ਜਿਹੜਾ ਹੈਗਾ ਫਿਰ ਵੀ ਉਹਨੂੰ ਕੋਈ ਡਾਊਟ ਆ ਰਿਹਾ ਤਾਂ ਤੁਸੀਂ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਕੋਈ ਪ੍ਰੋਬਲਮ ਹੈਗੀ।
ਦੇਖੋ ਹੁੰਦਾ ਕੀ ਹੈ ਕਿ ਪਰੇਸ਼ਾਨ ਸਿਰਫ ਉਹ ਬੰਦਾ ਹੈ ਜੀ ਜਿਹੜਾ ਦੁਰਯੋਧਨ ਦੀ ਤਰ੍ਹਾਂ ਹਰ ਇੱਕ ਬੰਦੇ ਤੋਂ ਰਾਏ ਮੰਗ ਰਿਹਾ, ਠੀਕ ਹੈ। ਪਰੇਸ਼ਾਨ ਉਹ ਹੈ ਜੋ ਦੁਰਯੋਧਨ ਕੀ ਤਰ੍ਹਾਂ ਹਰ ਪਰਸਨ ਸੇ ਕਿਆ ਹੈ, ਮਸ਼ਵਰਾ ਕਰ ਰਿਹਾ, ਠੀਕ ਹੈ। ਅਗਰ ਆਪਕੋ ਕਾਮਯਾਬ ਹੋਣਾ ਹੈ ਤੋ ਆਪਕੋ ਏਕ ਹੀ ਕ੍ਰਿਸ਼ਨ ਚਾਹੀਏ, ਠੀਕ ਹੈ। ਸੋ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਸਾਡੇ ਨਾਲ ਹੀ ਜੁੜੋ, ਇੱਕ ਬੰਦਾ ਤੁਹਾਨੂੰ ਲੱਗਦਾ ਹੈ ਕਿ ਉਸ ਬੰਦੇ ਨੇ ਇਗਜ਼ਾਮਸ ਦਿੱਤੇ ਹੋਏ ਆ, ਨੌਲੇਜ ਹੈ, ਕਰਵਾ ਸਕਦੇ ਹਾਂ, ਤਾਂ ਇੱਕ ਪ੍ਰੋਪਰ ਬੰਦੇ ਦੀ ਗਾਈਡੈਂਸ ਦੇ ਅੰਡਰ ਕੰਮ ਕਰੋ, ਤੁਹਾਡੇ ਲਈ ਬੈਨੀਫਿਸ਼ੀਅਲ ਰਹੇਗਾ। ਥੈਂਕ ਯੂ ਫੋਰ ਵਾਚਿੰਗ ਦ ਵੀਡੀਓ।